ਜਸ ਪੰਜਾਬੀ ਨੂੰ ਦੇਖਣ ਵਾਲੇ ਮੇਰੇ ਦਰਸ਼ਕ ਜਸ ਪੰਜਾਬੀ ਤੇ ਤੁਹਾਡੇ ਨਵੇਂ ਸ਼ੋਅ ਟਾਕ ਟਾਈਮ ਦੇ ਵਿੱਚ ਮੈਂ ਮੰਜੂ ਵਾਲਿਆ ਤੁਹਾਡੀ ਹੋਸਟ ਤੁਹਾਡੀ ਦੋਸਤ ਤੁਹਾਡਾ ਨਿੱਘਾ ਸਵਾਗਤ ਕਰਦੀ ਹਾਂ। ਮੈਨੂੰ ਬਹੁਤ ਚੰਗਾ ਲੱਗਦਾ ਹੈ ਉਹਨਾਂ ਲੋਕਾਂ ਦੇ ਨਾਲ ਗੱਲ ਕਰਨਾ ਔਰ ਉਹਨਾਂ ਲੋਕਾਂ ਦਾ ਅਭਿਨੰਦਨ ਕਰਨਾ ਜਿਹੜੇ ਮੇਰੇ ਸਾਹਮਣੇ ਨਹੀਂ ਨੇ ਪਰ ਮੇਰੇ ਦਿਲ ਦੇ ਬੜੇ ਕੋਲ ਨੇ। ਤੁਸੀਂ ਸਾਰੇ ਮੇਰੇ ਦਿਲ ਦੇ ਬੜੇ ਕੋਲ ਹੋ, ਜਿਸ ਤਰ੍ਹਾਂ ਕਿ ਤੁਸੀਂ ਜਸ ਪੰਜਾਬੀ ਨੂੰ ਉਹਦੇ ਸਾਰੇ ਸ਼ੋਜ਼ ਵਾਸਤੇ ਬਹੁਤ ਹੁੰਗਾਰਾ ਦਿੱਤਾ ਹੈ ਅਤੇ ਮੈਂ ਮੰਜੂ ਵਾਲੀਆ ਤੁਹਾਡੇ ਅੱਗੇ ਇਹ ਜ਼ਰੂਰ ਕਹਾਂਗੀ ਕਿ ਇਸੇ ਤਰ੍ਹਾਂ ਇਸ ਟਾਕ ਟਾਈਮ ਨੂੰ ਵੀ ਓਨਾ ਹੀ ਹੁੰਗਾਰਾ ਅਤੇ ਪਿਆਰ ਦਿਉ। ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ, ਆਦਾਬ। ਅਤੇ ਗੱਲ ਕਰਦੇ ਹਾਂ ਅਸੀਂ ਪੰਜਾਬ, ਪੰਜਾਬੀਅਤ, ਪੰਜਾਬ ਦੇ ਲੋਕਾਂ ਦੇ, ਵਸ਼ਿੰਦਿਆਂ ਦੇ, ਪੰਜਾਬ ਦੇ ਤਿਉਹਾਰਾਂ ਦੇ। 4 ਦਿਨ ਪਹਿਲਾਂ 16 ਫਰਵਰੀ ਨੂੰ ਬਸੰਤ ਪੰਚਮੀ ਦਾ ਤਿਉਹਾਰ ਨਿਕਲ ਕੇ ਗਿਆ ਜਿਹੜਾ ਕਿ ਇੱਥੇ ਬਿਲਕੁਲ ਹੀ ਸੁੱਕਾ ਗਿਆ ਇਸ ਸਾਲ ਕੁਛ ਕਰੋਨਾ ਕਰਕੇ। ਕੁਛ ਆਪਾਂ ਆਪਣੇ ਤਿਉਹਾਰਾਂ ਦੀ ਖਾਸੀਅਤ ਨੂੰ ਵੀ ਭੁੱਲਦੇ ਜਾ ਰਹੇ ਹਾਂ। ਛੋਟੇ ਛੋਟੇ ਹੁੰਦੇ ਸੀ ਮਾਂ ਕਹਿੰਦੀ ਹੁੰਦੀ ਸੀਗੀ ਪੰਜਾਬ 'ਚ ਆਈ ਬਸੰਤ ਪਾਲਾ ਉਡੰਤ, ਅਤੇ ਉਹਦਾ ਸਮਝ ਨਹੀਂ ਸੀ ਆਉਂਦਾ। ਹੁਣ ਸਮਝ ਆਉਂਦਾ ਕਿ ਬਸੰਤ ਆਈ ਅਤੇ ਪਾਲਾ ਉਡੰਤ ਉਹਨੂੰ ਕੀ ਕਹਿੰਦੇ ਆ। ਔਰ ਇਸੇ ਤਰ੍ਹਾਂ ਅਸੀਂ ਇਸ ਸ਼ੋਅ ਦੇ ਵਿੱਚ ਤੁਹਾਡੇ ਤੋਂ ਬੁਝਾਰਤਾਂ ਪੁੱਛਿਆ ਕਰਾਂਗੇ ਔਰ ਤੁਹਾਨੂੰ ਸਵਾਲ ਪਾਇਆ ਕਰਾਂਗੇ ਅਤੇ ਤੁਹਾਡੇ ਵਿਚਾਰ ਅਸੀਂ ਸਾਂਝੇ ਕਰਨਾ ਚਾਹਾਂਗੇ ਆਪਣੇ ਦਰਸ਼ਕਾਂ ਦੇ ਨਾਲ ਅਤੇ ਤੁਹਾਡੇ ਤੋਂ ਸੁਣਨਾ ਵੀ ਚਾਹਾਂਗੇ। ਅੱਜ ਜੋ ਮੈਂ ਤੁਹਾਡੇ ਨਾਲ ਇੱਕ ਸ਼ਖਸੀਅਤ ਨੂੰ ਰੂਬਰੂ ਕਰਾਉਣ ਜਾ ਰਹੀ ਹਾਂ ਉਹ ਐਲਏ ਤੋਂ ਸਾਡੇ ਨਾਲ ਜੁੜੇ ਹੋਏ ਨੇ। ਅਤੇ ਕਹਿੰਦੇ ਟਾਈਮ ਚੰਗਾ ਹੋਵੇ ਜਾਂ ਮਾੜਾ, ਟਾਈਮ ਚੰਗਾ ਹੋਵੇ ਜਾਂ ਮਾੜਾ ਬੰਦੇ 'ਤੇ ਆਉਂਦਾ ਜ਼ਰੂਰ ਹੈ। ਟਾਈਮ ਚੰਗਾ ਹੋਵੇ ਜਾਂ ਮਾੜਾ ਬੰਦੇ 'ਤੇ ਆਉਂਦਾ ਜ਼ਰੂਰ ਹੈਗਾ। ਰੋਟੀ ਤੁਸੀਂ ਸੁੱਕੀ ਖਾਓ ਜਾਂ ਪਨੀਰ ਨਾਲ, ਉੱਪਰ ਵਾਲਾ ਤੁਹਾਨੂੰ ਖਵਾਉਂਦਾ ਜ਼ਰੂਰ ਹੈ। ਅੱਜ ਇਸ ਕਰੋਨਾ ਦੀ ਮਹਾਮਾਰੀ ਦੇ ਵਿੱਚ ਕਹਿੰਦੇ ਨੇ ਕਿ ਚੰਗੀ ਸਿਹਤ ਹੋਣੀ ਚਾਹੀਦੀ ਹੈ ਬੰਦੇ ਦੀ, ਬੰਦੇ ਦਾ ਇਮਿਊਨ ਸਿਸਟਮ ਅਪ ਹੋਣਾ ਚਾਹੀਦਾ ਹੈ। ਔਰ ਇਮਿਊਨ ਸਿਸਟਮ ਦੇ ਬਾਰੇ ਅਗਰ ਅਸੀਂ ਗੱਲ ਕਰੀਏ ਤਾਂ ਪਹਿਲਾਂ ਅਸੀਂ ਇਹਦੇ ਬਾਰੇ ਸੋਚਦੇ ਨਹੀਂ ਸੀ। ਦੇਸੀ ਘਿਓ, ਲੱਸੀ, ਇਹ ਸਾਡਾ ਖਾਣਾ ਸੀ ਜਿਹੜਾ ਕਿ ਅਸੀਂ ਹੁਣ ਦੇਸੀ ਘਿਓ ਤੋਂ ਡਰਨ ਲੱਗ ਗਏ ਹਾਂ। ਤਾਂ ਅੱਜ ਮੈਂ ਅਸੀਂ ਇੱਕ ਸ਼ਖਸੀਅਤ ਨਾਲ ਰੂਬਰੂ ਕਰਾਉਂਦੀ ਹਾਂ, ਰਮੇਸ਼ ਸ਼ਰਮਾ ਜੀ ਸਾਡੇ ਨਾਲ ਜੁੜਨਗੇ ਐਲਏ ਤੋਂ, ਜੁੜੇ ਕਿ ਇੱਕ ਫਿਟਨੈਸ ਗੁਰੂ ਨੇ, ਤੁਹਾਨੂੰ ਤੁਹਾਡੇ ਬਾਰੇ ਦੱਸਣਗੇ। ਪਹਿਲਾਂ ਅਸੀਂ ਉਹਨਾਂ ਤੋਂ ਉਹਨਾਂ ਦੇ ਬਾਰੇ ਪੁੱਛਾਂਗੇ, ਫਿਰ ਉਹਨਾਂ ਤੋਂ ਤੁਹਾਡੀਆਂ ਟਿਪਸ ਲਵਾਂਗੇ ਕਿ ਆਪਾਂ ਇਸ ਕਰੋਨਾ ਦੀ ਮਹਾਮਾਰੀ ਦੇ ਵਿੱਚ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾ ਕੇ ਰੱਖੀਏ ਕਿ ਯੋਗਾ ਚੰਗਾ ਹੈ ਜਾਂ ਸਿਹਤ ਚੰਗੀ ਹੈ। ਇਸ ਦੇ ਨਾਲ ਹੀ ਮੈਂ ਰੂਬਰੂ ਕਰਾਉਂਦੀ ਹਾਂ ਤੁਹਾਨੂੰ ਰਮੇਸ਼ ਸ਼ਰਮਾ ਜੀ ਨਾਲ। ਨਮਸਕਾਰ ਸ਼ਰਮਾ ਜੀ, ਤੁਹਾਡਾ ਜਸ ਪੰਜਾਬੀ ਦੇ ਉੱਤੇ ਬਹੁਤ ਬਹੁਤ ਨਿੱਘਾ ਸਵਾਗਤ ਕਰਦੇ ਹਾਂ ਅਸੀਂ। ਅਤੇ ਤੁਹਾਡੇ ਦੇ ਨਾਲ ਅਸੀਂ ਅੱਜ ਵਿਚਾਰ ਵਟਾਂਦਰਾ ਕਰਾਂਗੇ ਔਰ ਤੁਹਾਡੇ ਤੋਂ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਜਿਹੜੀਆਂ ਕਿ ਅਸੀਂ ਪੁੱਛਾਂਗੇ ਔਰ ਸਾਡੇ ਜਿਹੜੇ ਦਰਸ਼ਕ ਤੁਹਾਡੇ ਨਾਲ ਜੁੜੇ ਨੇ ਉਹਨਾਂ ਨੂੰ ਅਸੀਂ ਜ਼ਰੂਰ ਦੱਸਣਾ ਚਾਹਾਂਗੇ ਔਰ ਚਾਹਾਂਗੇ ਕਿ ਤੁਸੀਂ ਵੀ ਉਹਨਾਂ ਨੂੰ ਇਹੋ ਜਿਹੇ ਟਿਪਸ ਦਿਓ ਕਿ ਕਿੱਦਾਂ ਆਪਾਂ ਕਰੋਨਾ ਤੋਂ ਬਚੀਏ। ਪਰ ਉਸ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਤੁਸੀਂ ਕਿੱਥੋਂ ਹੋ, ਆਪਣੇ ਬਾਰੇ ਕੁਝ ਸਾਡੇ ਦਰਸ਼ਕਾਂ ਨੂੰ ਦੱਸੋ। ਹਾਂਜੀ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਹਾਂਜੀ, ਮੈਂ ਓਰੀਜਨਲੀ ਪੰਜਾਬ ਚੰਡੀਗੜ੍ਹ ਤੋਂ ਬਿਲੋਂਗ ਕਰਦਾ। ਮੈਂ ਚੰਡੀਗੜ੍ਹ ਦੇ ਵਿੱਚ ਜਨਮ ਲਿੱਤਾ ਸੀਗਾ ਤਾਂ 79 ਚ ਮੈਂ ਚੰਡੀਗੜ੍ਹ ਛੱਡ ਕੇ ਆਪਣਾ ਅਮਰੀਕਾ ਆਇਆ। ਹਾਂਜੀ, ਮੈਂ 14 ਸਾਲ ਦਾ ਸੀ, ਮੈਨੂੰ ਤਾਂ ਕੁਛ ਵੀ ਨਹੀਂ ਸੀ ਪਤਾ ਅਮਰੀਕਾ ਕਿਆ ਹੁੰਦਾ। ਸਕੂਲ ਚ ਪੜ੍ਹਦੇ ਸੀਗੇ ਉਸ ਟਾਈਮ ਤਾਂ ਮੇਰਾ ਬ੍ਰਦਰ ਹਰੀਓਮ ਸ਼ਰਮਾ ਨੇ ਮੈਨੂੰ ਕਲਾਸ ਚ ਆ ਕੇ ਕਿਹਾ, ਸ਼ਰਮਾ ਰਮੇਸ਼ ਜੀ ਚਲੋ ਕਲਾਸ ਛੱਡੋ ਅੱਜ, ਮੈਂ ਤੈਨੂੰ ਤਾਂ ਖੁਸ਼ ਹੋ ਗਈ। ਮੈਂ ਕਿਹਾ ਕੱਲ੍ਹ ਸਕੂਲ ਤੋਂ ਵੀ ਛੁੱਟੀ ਹੈ? ਤਾਂ ਉਹ ਕਹਿੰਦੇ ਤੂੰ ਅਮਰੀਕਾ ਜਾਣਾ। ਮੈਂ ਕਿਹਾ ਉਹ ਕਿਆ ਹੁੰਦਾ ਹੈ? ਕਹਿੰਦਾ ਨਹੀਂ ਨਹੀਂ ਤੂੰ ਅਮਰੀਕਾ ਜਾਣਾ, ਤੂੰ ਆਪਣਾ ਪਾਸਪੋਰਟ ਮੈਂ ਤੇਰਾ ਬਣਾ ਤਾ, ਹਫ਼ਤਾ ਲੱਗਣਾ, ਤੂੰ ਬਸ ਛੱਡ ਕੇ ਚਲ ਜਾ। ਤਾਂ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ, ਹਰੀਓਮ ਸ਼ਰਮਾ ਬੜਾ ਬੜਾ ਭਾਈ ਹੈ। ਤਾਂ 2 ਹਫ਼ਤੇ ਚ ਮੈਂ ਆ ਗਿਆ, ਵਿਦਇਨ 2 ਵੀਕਸ ਦੈਟ ਟਾਈਮ, ਗਾਡਸ ਗ੍ਰੇਸ। ਤੁਹਾਡਾ ਚੰਡੀਗੜ੍ਹ ਤੋਂ ਚੱਲ ਕੇ ਅਮਰੀਕਾ ਦਾ ਸਫ਼ਰ ਕੀ ਵਾਪਰਿਆ ਅਤੇ ਕੀ ਤੁਸੀਂ ਮਹਿਸੂਸ ਕੀਤਾ ਉਹਨਾਂ ਦਿਨਾਂ ਦੇ ਵਿੱਚ ਜਦੋਂ ਕਿ ਤੁਸੀਂ ਇੱਕ ਬੱਚੇ ਦੇ ਰੂਪ ਵਿੱਚ ਇੱਥੇ ਆਏ ਸੀਗੇ? ਮੈਂ ਤੁਹਾਨੂੰ ਸੱਚੀ ਦੱਸਾਂ, ਮੈਨੂੰ ਇੰਡੀਆ ਇੰਨਾ ਪਿਆਰਾ ਸੀ ਨਾ, ਮੈਨੂੰ 1 ਸਾਲ ਬਿਲਕੁਲ ਨਹੀਂ ਅਮਰੀਕਾ ਚੰਗਾ ਲੱਗਿਆ, ਬਿਲਕੁਲ। ਮੈਂ ਸਕੂਲ ਵੀ ਜਾਂਦਾ ਸੀ ਉਹੀ ਯਾਦਗਾਰ ਪੰਜਾਬ ਦੀ, ਕਿਉਂਕਿ ਪਿੰਡ ਤਾਂ ਅਸੀਂ ਪੰਜਾਬ ਤੋਂ ਹੀ ਹੈ ਨਾ, ਖਰੜ ਦੇ ਕੋਲ ਹੈ ਸਾਡਾ ਪਿੰਡ ਛੜਿਆਲਾ, ਉੱਥੋਂ ਦੇ ਅਸੀਂ ਬਿਲੋਂਗ ਕਰਦੇ ਹਾਂ, ਸਰਹੰਦ ਦੇ ਕੋਲੋਂ, ਖੰਨਾ, ਸਾਰੀ ਫੈਮਿਲੀ ਹੈ।
ਤਾਂ ਫਿਰ ਉਹੀ ਯਾਦਾਂ ਯੂ ਨੋ ਨਾਨੇ ਦਾਦਿਆਂ ਦੀ ਯਾਦਾਂ, ਫਿਰ ਇਵੈਂਚੁਅਲੀ ਵੀ ਹੁਣ ਲੈਣਾ ਚਾਹਤੀ ਹੈ, ਆਈ ਹੈਵ ਟੂ ਲਰਨ ਯੂ ਨੋ ਅਮੈਰੀਕਨ ਇੰਗਲਿਸ਼ ਵਟਐਵਰ ਯੂ ਨੋ, ਪਰ ਆਈ ਅਡਾਪਟਡ, ਬਹੁਤ ਜਲਦੀ ਅਡਾਪਟ ਕਰ ਲਿਆ ਸੀਗਾ। ਫਿਰ ਮੈਂ ਸਾਲ ਦੇ ਵਿੱਚ ਕਾਫੀ ਯੂ ਨੋ ਸੱਤਵੀਂ ਅੱਠਵੀਂ ਨੌਵੀਂ, ਫਿਰ ਮੈਂ ਕਾਲਜ ਹਾਈ ਸਕੂਲ ਇੱਥੇ ਕੀਤਾ ਪੈਸੇਡੀਨਾ ਤੋਂ ਲੋਸ ਐਂਜਲਸ, ਤਾਂ ਹੌਲੀ ਹੌਲੀ ਬਹੁਤ ਦੇਰ ਲੱਗਦੀ ਹੈ ਆਪਣੇ ਪੰਜਾਬ ਨੂੰ ਭੁੱਲਣ ਨੂੰ, ਕਿਉਂਕਿ ਤੁਹਾਨੂੰ ਮਾਂ ਬਾਪ ਕਿੰਨਾ ਪਿਆਰ ਕਰਦੇ ਆ ਉੱਥੇ, ਫਿਰ ਆਲ ਓਫ ਅ ਸਡਨ ਕੁਛ ਵੀ ਨਹੀਂ ਹੈ ਇੱਥੇ। ਤੁਸੀਂ ਅੰਕਲ ਕੋਲ ਆਏ, ਅੰਕਲ ਦਾ ਕੁਛ ਹੋਰ ਰਹਿਣੇ ਸਹਿਣੇ ਦਾ ਢੰਗ, ਅਮਰੀਕਨ ਤੋਂ 56 ਦੇ ਆਏ ਹੋਏ ਨੇ, ਸਾਰੇ ਪੁਰਾਣੇ ਬੈਠੇ ਨੇ ਇੱਥੇ ਅਮਰੀਕਾ ਚ ਆ ਕੇ, 55 'ਚ ਆਏ ਸੀ ਮੇਰੇ ਅੰਕਲ, ਉਹ ਏਅਰਕ੍ਰਾਫਟ ਇੰਜੀਨੀਅਰ ਸੀਗੇ ਇੱਥੇ। ਉਹਨਾਂ ਨੇ ਅੱਗੇ ਮੇਰਾ ਇੱਕ ਹੋਰ ਮਾਮਾ ਜੀ ਸੀ, ਉਹ ਪ੍ਰੋਫੈਸਰ ਸੀ ਲੱਗੇ ਹੋਏ UCLA ਦੇ ਵਿੱਚ ਦੈਟ ਟਾਈਮ ਯੂ ਨੋ, ਤਾਂ ਉਹਨਾਂ ਕੋਲ ਆ ਕੇ ਮੈਂ ਠਹਿਰਿਆ, ਤਾਂ ਉਹਨਾਂ ਨੇ ਮੈਨੂੰ ਬਸ ਉਹੀ ਇੱਥੇ ਵੀ ਪੜ੍ਹਾਈ 'ਤੇ ਨਹੀਂ ਧਿਆਨ ਦੇਣਾ ਤੁਸੀਂ, ਬਾਕੀ ਪੜ੍ਹਾਈ ਤਾਂ ਚੱਲਦੀ ਰਹੀ। ਫਿਰ ਮੇਰਾ ਆਪਣੇ ਇੰਡੀਆ 'ਚੋਂ ਮੈਂ ਨੈਸ਼ਨਲ ਫੁੱਟਬਾਲ ਪਲੇਅਰ ਚੰਡੀਗੜ੍ਹ ਵੱਲੋਂ ਵੀ ਰਿਹਾ ਨੈਸ਼ਨਲ ਟੀਮ ਦੇ ਵਿੱਚ ਉਸ ਟਾਈਮ 'ਚ, ਫਿਰ ਇੱਥੇ ਆ ਕੇ ਮੈਂ ਫਿਟਨੈਸ ਦੇ ਪਿੱਛੇ ਬਹੁਤ ਹੀ ਇੰਪੋਰਟੈਂਟ ਦਿੰਦਾ ਹੈਲਥ ਵਾਈਜ਼, ਕਿਉਂਕਿ ਜੇ ਹੈਲਥ ਹੈ ਤਾਂ ਸਭ ਕੁਛ ਹੈ, ਕਿਉਂਕਿ ਹੈਲਥ ਹੈਲਥ ਦੇ ਵਿੱਚ ਖਾਣਾ ਪੀਣਾ ਆਪਣਾ ਹੋਰ ਬਹੁਤ ਡਿਜ਼ੀਜ਼ ਜਿਹੜੀ ਤੁਸੀਂ ਖੁਦ ਐਲੀਮੀਨੇਟ ਕਰ ਸਕਦੇ ਹੋ ਆਪਣੇ ਵੱਲੋਂ। ਹਾਂਜੀ, ਸਿਆਣੇ ਕਹਿੰਦੇ ਪੰਜਾਬੀ ਦੇ ਵਿੱਚ ਵੀ ਚੰਗੀ ਸੋਚ ਤੇ ਚੰਗੀ ਸਿਹਤ ਸਭ ਤੋਂ ਵੱਡੀ ਦੌਲਤ ਹੈਗੀ ਹੈ। ਹਾਂਜੀ, ਇਹ ਤਾਂ ਬਹੁਤ ਹੀ ਸਹੀ ਗੱਲ ਹੈ। ਤੁਸੀਂ ਪਹਿਲਾਂ ਕਹਿ ਰਹੇ ਸੀਗੇ ਅਸੀਂ ਘੀ ਨਹੀਂ ਖਾ ਸਕਦੇ, ਅਸੀਂ ਪੰਜਾਬ ਦੀਆਂ ਚੀਜ਼ਾਂ ਜੋ ਖਾਂਦੇ ਸੀ ਉਹ ਖਾਣਾ ਛੱਡਣੀਆਂ ਨਹੀਂ। ਮੈਂ ਦੇਸੀ ਘੀ ਨੂੰ ਅੱਜ ਵੀ 42 ਸਾਲ ਤੋਂ ਬਾਅਦ ਮੈਂ ਕੱਲ ਹੀ ਦੇਸੀ ਘੀ ਸਾਗ ਖਾਇਆ, ਤਾਂ ਉਹ ਭੁੱਲਣਾ ਨਹੀਂ ਕਿਉਂਕਿ ਉਹੀ ਸਟਰੋਂਗ ਕਰਦੀਆਂ। ਅਸੀਂ ਇੱਥੇ ਪਾਊਡਰ ਨਹੀਂ ਲੈਂਦੇ, ਅਸੀਂ ਕੁਛ ਨਹੀਂ ਖੜਦੇ, ਅਸੀਂ ਰੋਟੀ ਖਾਂਦੇ ਹਾਂ ਆਪਣੀ ਪੰਜਾਬੀ, ਤਾਂ ਉਹਦੇ ਨਾਲ ਖਾ ਕੇ ਫਿਰ ਉਸ ਤਰ੍ਹਾਂ ਇੰਡੀਆ ਵਾਂਗੂ ਡੰਡ ਬੈਠਕਾਂ ਮਾਰੀ ਦੀਆਂ, ਉਸ ਤਰ੍ਹਾਂ ਇੰਡੀਆ ਵਾਂਗੂ ਮੈਂ ਪੁਸ਼ਅਪ ਕਰਦਾ, ਕੋਈ ਜਿਮ ਨਹੀਂ, ਜੇ ਮੈਂ ਘਰ ਤੋਂ ਹੀ ਮੇਰਾ ਸਭ ਕੁਛ ਵਰਕਆਊਟ ਹੁੰਦਾ, ਤਾਂ ਮੈਂ ਇੱਥੇ ਜਿਮ 'ਚ ਜਾਂਦਾ, ਲੋਕੀ ਕਹਿੰਦੇ ਤੂੰ ਕਰਦਾ ਕੀ ਆ, ਮੈਂ ਕਿਹਾ ਮੈਂ ਵਰਕਆਊਟ ਇੱਥੇ ਨਹੀਂ ਕਰਨਾ ਆਉਂਦਾ, ਵਰਕਆਊਟ ਮੇਰਾ ਘਰ ਪੰਜਾਬੀ ਸਟਾਈਲ ਹੁੰਦਾ, ਤਾਂ ਉਹ ਬਹੁਤ ਹੀ ਆਪਣਾ ਸਟਾਈਲ ਹੈ ਪੰਜਾਬ ਦਾ, ਬਹੁਤ ਹੀ ਕਾਇਮ ਹੈ, ਬਹੁਤ ਹੀ ਅੱਛਾ ਹੈ। ਮੈਂ ਨਹੀਂ ਕਹਿੰਦਾ ਦੇਸੀ ਘੀ ਨਾ ਖਾਓ, ਇਹ ਨਾ ਖਾਓ, ਖਾਓ ਸਭ ਕੁਛ, ਪਰ ਉਹਨੂੰ ਨਾ ਬਰਨ ਆਊਟ ਕਰ ਦਿਓ ਬਸ, ਦੈਟਸ ਆਲ, ਹੋਰ ਕੁਛ ਜੀ ਜੀ। ਤੇ ਸ਼ਰਮਾ ਜੀ, ਤੁਹਾਨੂੰ ਇਹ ਫਿਟਨੈਸ ਦਾ ਸ਼ੌਕ ਕਿੱਥੋਂ ਆਇਆ? ਜਿਵੇਂ ਕਿ ਜੋ ਅੱਜ ਭਾਣਾ ਵਰਤਿਆ ਹੋਇਆ ਕਰੋਨਾ ਦੇ, ਕੋਵਿਡ ਦੇ ਸ਼ਿਕਾਰ ਕਾਫੀ ਲੋਕੀ ਨੇ, ਉਹ ਹੁਣ ਕਹਿੰਦੇ ਆ ਕਿ ਬਈ ਯੋਗਾ ਕਰੋ ਤੇ ਆਪਣਾ ਐਕਸਰਸਾਈਜ਼ ਕਰੋ, ਉਹ ਤੁਹਾਡੇ ਸਭ ਤੋਂ ਜ਼ਿਆਦਾ ਕੰਮ ਆਏਗੀ, ਇਨਸਟੈਡ ਆਫ ਕਿ ਤੁਸੀਂ ਬਚੋ, ਕਾੜਾ ਪੀਓ ਜਾਂ ਕੁਛ ਹੋਰ ਕਰੋ। ਇਹਦੇ ਵਿੱਚ ਤੁਸੀਂ ਆਪਣੇ ਵਿਚਾਰ ਸਾਂਝੇ ਕਰੋ ਸਾਡੇ ਦਰਸ਼ਕਾਂ ਨਾਲ, ਉਹਨਾਂ ਨੂੰ ਦੱਸੋ ਕਿ ਵੀ ਕੀ ਕਰਨਾ ਚਾਹੀਦਾ ਹੈਗਾ, ਕੀ ਸਿਹਤ, ਕੀ ਤੁਹਾਡੀ ਐਕਸਰਸਾਈਜ਼ ਤੁਹਾਨੂੰ ਕਰੋਨਾ ਤੋਂ ਬਚਾਉਂਦੀ ਹੈਗੀ ਹੈ? ਨਹੀਂ ਦੇਖੋ, ਜਿਹੜਾ ਮੈਡੀਕਲ ਐਡਵਾਈਸ ਹੈ ਕਰੋਨਾ ਦੇ ਵਿੱਚ, ਉਹ ਐਕਸਰਸਾਈਜ਼ ਨਹੀਂ ਬਚਾ ਪਾਏਗੀ, ਬਟ ਜੇ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੈ, ਠੀਕ ਹੈ ਨਾ, ਕੋਈ ਵੀ ਚੀਜ਼ ਹੈ, ਤੁਸੀਂ ਫਲੂ ਨੂੰ ਫਾਈਟ ਕਰਦੇ ਹੋ, ਤੁਹਾਡੀ ਸਿਹਤ ਤਕੜੀ ਹੈ, ਤੁਸੀਂ ਫਾਈਟ ਕਰ ਸਕਦੇ ਹੈ। ਜੇ ਤੁਹਾਡਾ ਇਮਿਊਨ ਸਿਸਟਮ ਠੀਕ ਹੀ ਨਹੀਂ ਹੈ, ਪਹਿਲਾਂ ਹੀ ਵੀਕ ਹੈ, ਉਹ ਫੈਰੇ ਸਸੈਪਟੇਬਲ ਹੁੰਦੇ ਨੇ ਵੀ ਉਹ ਕੋਈ ਵੀ ਡਿਜ਼ੀਜ਼ ਨੂੰ, ਜਿਸ ਤਰ੍ਹਾਂ ਕਫ ਹੈ, ਫਲੂ ਹੈ, ਉਹ ਸਾਰੇ ਨਾ ਜਲਦੀ ਤੁਹਾਨੂੰ ਇਨਫੈਕਟ ਕਰਦੀ ਹੈ। ਜੇ ਤੁਸੀਂ ਹੁਣ ਤਕੜੇ ਬੰਦੇ ਹੁੰਦੇ ਆ, ਥੋੜਾ ਜਿਹਾ ਟੋਲਰੇਟ ਵੀ ਕਰ ਸਕਦੇ ਆ ਨਾ, ਜੇ ਅਸੀਂ ਟੋਲਰੇਟ ਨਹੀਂ ਕਰਾਂਗੇ ਥੋੜੀ ਜਿਹੀ ਬਿਮਾਰੀ ਨੂੰ, ਸਟਰੋਂਗ ਨਹੀਂ ਹੋਵਾਂਗੇ, ਫਿਰ ਬੜੀ ਥੋੜੀ ਜਿਹੀ ਵੀ ਬਿਮਾਰੀ ਤੁਹਾਨੂੰ ਤੰਗ ਕਰ ਦੇਗੀ। ਤਾਂ ਇਹ ਕਰੋਨਾ ਇੱਕ ਸੀਰੀਅਸ ਪ੍ਰੋਬਲਮ ਹੈ, ਇਹ ਇੰਨੀ ਸੀਰੀਅਸ ਹੈ ਕਿਉਂਕਿ ਨਾ ਕਹਿੰਦੇ 6 ਫੁੱਟ ਦੀ ਦੂਰੀ ਰੱਖਣੀ ਹੈ। ਮੈਂ ਪਰਸਨਲੀ ਡਾਕਟਰ ਨਾਲ ਗੱਲ ਕੀਤੀ ਹੈ, ਉਹ ਵੀ ਜੂਸ਼ ਡਾਕਟਰ ਸੀਗਾ, ਉਹ ਕਹਿੰਦਾ ਨਹੀਂ, ਇਹ 6 ਫੁੱਟ ਤੋਂ ਨਹੀਂ, ਇਹਦੀ ਜਿਹੜੀ ਇਨਫੈਕਸ਼ਨ ਆ, ਜਿਹੜਾ ਵਾਇਰਸ ਹੈ, ਇਹ 10 ਤੋਂ 15 ਫੁੱਟ ਤੋਂ ਵੀ ਇਨਫੈਕਟ ਹੋ ਸਕਦਾ ਹੈ। ਸੋ ਉਹ ਮੈਂ ਥੋੜ੍ਹਾ ਜਿਹਾ, ਮੈਂ ਡਾਕਟਰ ਨਹੀਂ ਹਾਂ, ਪਰ ਕੰਸਲਟ ਕਰਕੇ ਡਾਕਟਰ ਨਾਲ, ਉਹ ਕਹਿੰਦੇ 6 ਫੁੱਟ ਇਹਨਾਂ ਨੇ ਸਟੈਂਡਰਡ ਬਣਾਇਆ ਹੋਇਆ ਹੈ, ਬਟ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ, ਖੁਦ ਕਰਨਾ, ਜਿਸ ਤਰ੍ਹਾਂ 60 50 plus 60 plus ਬਹੁਤ ਸਸੈਪਟੇਬਲ ਹੈ ਇਸ ਡਿਜ਼ੀਜ਼ ਤੋਂ, ਕਿਉਂਕਿ
60 plus is considered to be not, you have to be extremely bahut cautious hona penda. Jehda tusi puchya vi eh fitness ya health te bacha sakdi hai, nahi. Health fitness ik jagah jehdi corona disease hai, eh ida total different separate issue hai. Eh tusi apne aap nu protect karna, apne aap mask pana, jo kuch required hai zarur karo. And health, of course, health ji achhi hundi hai ji, tusi fight vi kar sakde hai. Hun assi thoda bahut ਬਾਹਰ ਵੀ ਜਾਣੇ, ਮੈਂ ਵੀ ਜਾਣਾ, ਪਰ ਥੋੜ੍ਹੀ ਜਿਹੀ ਸਿਹਤ ਠੀਕ ਹੈ ਨਾ, ਥੋੜ੍ਹਾ ਜਿਹਾ ਆਈ ਫੀਲ ਕੰਫਰਟੇਬਲ ਵੀ, ਹਾਂ ਕਰ ਸਕਦੇ ਹਾਂ ਥੋੜ੍ਹੀ ਜਿਹੀ ਫਾਈਟ, ਬਟ ਗਾਡਸ ਗ੍ਰੇਸ ਸਭ ਕੁਛ ਵਧੀਆ. ਪਰ ਕਰੋਨਾ ਦਾ ਜਿਹੜਾ ਫਾਲੋ ਅਪ ਕਰਨਾ, ਉਹ ਤੁਸੀਂ ਆਪਣੇ ਡਾਕਟਰ ਨਾਲ ਫਾਲੋ ਅਪ ਕਰੋ, ਬਟ ਟੇਕ ਇਟ ਸੀਰੀਅਸ ਪਲੀਜ਼. ਬਹੁਤ ਸੀਰੀਅਸ ਇਹ ਡਿਜ਼ੀਜ਼ ਹੈ, ਉਹਦੇ ਵਿੱਚ ਤਾਂ ਬਹੁਤ ਬੁਰਾ ਹਾਲ ਹੈ ਰਾਈਟ ਨਾਓ. ਸ਼ਰਮਾ ਜੀ, ਤੁਹਾਡੇ ਤੋਂ ਅਸੀਂ ਇੱਕ ਹੋਰ ਕੁਐਸਚਨ ਪੁੱਛ ਰਹੇ ਹਾਂ, ਜਿਹੜੇ ਅੱਜ ਕੱਲ ਦੇ ਹਾਲਾਤਾਂ ਦੇ ਵਿੱਚ ਜਿਹੜੇ ਤੁਸੀਂ ਆਪਣੇ ਆਪ ਨੂੰ ਅਮਰੀਕਾ ਦੇ ਵਿੱਚ ਆਏ ਨੂੰ ਤੁਹਾਨੂੰ ਕਿੰਨੇ ਸਾਲ ਹੋ ਗਏ, 14 ਸਾਲ ਦੀ ਉਮਰ ਦੇ ਵਿੱਚ ਤੁਸੀਂ ਇੱਥੇ ਆਏ ਸੀ, ਕੀ ਫੀਲ ਕਰਦੇ ਹੋ ਅਮਰੀਕਾ ਦੇ ਵਿੱਚ ਰਹਿਣਾ, ਤੁਹਾਡੇ ਵਿਊ ਕੀ ਨੇ ਬੱਚਿਆਂ ਲਈ, ਮਾਂ ਬਾਪ ਲਈ, ਕਿੱਦਾਂ ਆਪਣੇ ਵਿਚਾਰ ਤੁਸੀਂ ਇਹਨਾਂ ਦੇ ਸਾਂਝੇ ਕਰਨਾ ਚਾਹੋਗੇ ਕਿ ਕੀ ਕਰਨਾ ਚਾਹੀਦਾ ਹੈ ਫੈਮਿਲੀ ਟੁਗੈਦਰ ਰੱਖਣ ਵਾਸਤੇ, ਬੱਚਿਆਂ ਨੂੰ ਪੰਜਾਬੀ ਬੋਲਣ ਵਾਸਤੇ, ਕਿਉਂਕਿ ਅੱਜ ਕੱਲ੍ਹ ਬੱਚੇ ਪੰਜਾਬੀ ਬੋਲਦੇ ਨਹੀਂ ਹੈਗੇ ਨੇ, ਕਿਉਂਕਿ ਮਾਂ ਬਾਪ ਵੀ ਇੰਗਲਿਸ਼ ਦੇ ਨਾਲ ਹੀ ਗੱਲ ਕਰਦੇ ਨੇ ਉਹਨਾਂ ਦੇ ਨਾਲ. ਸੋ ਲਿਵਿੰਗ ਇਨ ਅਮੇਰੀਕਾ, ਇਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਇਸ ਸਬਜੈਕਟ ਤੁਸੀਂ ਜਿਹੜਾ ਪੁੱਛਿਆ, ਮੈਨੂੰ ਬਹੁਤ ਹੀ ਪਸੰਦ ਹੈ, ਇਹਦੇ ਮੇਰੇ ਕੋਲ ਬਹੁਤ ਹੀ ਆਨਸਰਸ ਨੇ. ਮੈਂ ਖੁਦ ਇੱਥੇ 14 ਸਾਲ ਦਾ ਆਇਆ, ਤਾਂ ਆਪਣੀ ਪੰਜਾਬੀ ਤਾਂ ਭੁੱਲੀ ਨਹੀਂ. ਮੈਂ ਇੱਥੇ ਦੁਨੀਆਂ ਨਾਲ ਘੁੰਮਦਾ, ਪਰ ਆਪਣੀ ਜਿਹੜੀ ਬੋਲੀ ਹੈ, ਪ੍ਰਾਊਡ ਹੋਣਾ ਚਾਹੀਦਾ ਆਪਾਂ ਨੂੰ. ਅਸੀਂ ਅਮਰੀਕਨ ਵੀ ਹੈ, ਪਰ ਉਹਦੇ ਨਾਲ ਨਾਲ ਅਸੀਂ ਪੰਜਾਬ ਤੋਂ ਵੀ ਹਾਂ. ਆਪਣੀ ਦੇਸ਼ ਹੈ, ਆਪਣਾ ਪਿਆਰਾ ਦੇਸ਼ ਹੈ, ਉਹਨੂੰ ਮੈਂ ਨਹੀਂ ਕਹਿੰਦਾ ਵੀ ਅਮਰੀਕਨ ਨੂੰ ਭੁੱਲੋ. ਨਹੀਂ, ਅਮਰੀਕਾ 'ਚ ਰਹਿ ਕੇ ਉਹਦੀਆਂ ਅੱਛੀਆਂ ਚੀਜ਼ਾਂ ਅਡਾਪਟ ਕਰੋ. ਜਿਹੜੇ ਤੁਸੀਂ ਕੁਐਸਚਨ ਪੁੱਛਿਆ ਵੀ ਪੇਰੈਂਟ ਭੁੱਲਦੇ ਜਾ ਰਹੇ ਆ ਪੰਜਾਬੀ, ਅਗਲੇ ਬੱਚਿਆਂ ਨੂੰ ਵੀ ਕੋਈ ਅਕਨੋਲੇਜਮੈਂਟ ਵੀ ਆਪਣਾ ਇੰਡੀਆ ਕਿਆ, ਆਪਣੀ ਘਰ ਦੀ ਰਹਿ ਕੇ ਕਿਸ ਤਰ੍ਹਾਂ ਰਿਸਪੈਕਟ ਕਰਨੀ ਆ, ਜਿਸ ਤਰ੍ਹਾਂ ਅਸੀਂ ਵੀ ਕਰਦੇ ਸੀ ਆਪਣੇ ਅੰਕਲਾਂ ਦੀ, ਦੂਰ ਦੂਰ ਤੋਂ ਬੰਦਿਆਂ ਦੀ. ਪਰ ਅੱਜ ਕੱਲ੍ਹ ਉਹ ਇੱਥੇ ਹੈ ਨਹੀਂ. ਪਰ ਮੈਂ ਇੱਕ ਹੀ ਰਿਕੁਐਸਟ ਕਰਾਂਗਾ, ਜਿਹੜੇ ਪੇਰੈਂਟਸ ਨਾ, ਆਪਣੇ ਆਪ ਨੂੰ ਇਨਵੋਲਵ ਕਰੋ ਬੱਚਿਆਂ ਨਾਲ, ਉਹਨਾਂ ਨੂੰ ਪੰਜਾਬੀ ਸਿਖਾਓ, ਆਪਣਾ ਕਲਚਰ ਸਿਖਾਓ ਥੋੜ੍ਹਾ ਜਿਹਾ, ਜਿਹਦੇ ਨਾਲ ਉਹ ਰਿਸਪੈਕਟ ਨਾ ਭੁੱਲਣ ਜਿਹੜੀ ਉਹ ਭੁੱਲਦੇ ਜਾ ਰਹੇ ਨੇ ਇੱਥੇ ਬੱਚੇ. ਉਹ ਅੱਜ ਕੱਲ੍ਹ ਚਾਹੇ ਕੋਈ ਵੀ ਫੈਮਿਲੀ ਦੇਖ ਲਓ, ਜ਼ਰੂਰੀ ਨਹੀਂ ਪੰਜਾਬੀ ਹੈ, ਸਾਰੇ ਅਕਰੋਸ ਇੰਡੀਆ ਦੇ ਵਿੱਚ, ਮੈਂ ਸਾਊਥ ਇੰਡੀਅਨ ਤੋਂ ਲੈ ਕੇ ਰਾਜਸਥਾਨ ਤੋਂ ਲੈ ਕੇ ਹਿਮਾਚਲ ਤੋਂ, ਬੱਚੇ ਬਹੁਤ ਥੋੜ੍ਹੇ ਜਿਹੇ ਡਿਸਰਿਸਪੈਕਟਫੁੱਲ ਹੈ, ਕਿਉਂਕਿ ਉਹਨਾਂ ਦਾ ਜਿਹੜੀ ਪੀਅਰਸ ਨੇ ਸਕੂਲਾਂ ਦੇ ਵਿੱਚ, ਜਿਸ ਤਰ੍ਹਾਂ ਉਹ ਦੇਖਦੇ ਨੇ ਉਹੀ ਫਾਲੋ ਕਰਦੇ ਨੇ. ਪਰ ਜੇ ਤੁਹਾਡੀ ਘਰ ਦੀ ਬ੍ਰਿੰਗਿੰਗ ਅਪ ਅੱਛੀ ਹੈ ਪੇਰੈਂਟਸ ਤੋਂ, ਉਹ ਫਿਰ ਵੀ ਥੋੜ੍ਹੀ ਜਿਹੀ ਇਫੈਕਟ ਕਰਦੀ ਹੈ, ਥੋੜ੍ਹੀ ਜਿਹੀ ਲਾਟ ਬੱਚਿਆਂ ਦੇ ਉੱਤੇ. ਇਸ ਤਰ੍ਹਾਂ ਸ਼ਰਮਾ ਜੀ, ਕਿ ਜਦੋਂ ਆਪਾਂ ਇੰਡੀਆ 'ਚ ਰਹਿੰਦੇ ਹੈਗੇ ਹਾਂ, ਹੁਣ ਮਾਹੌਲ ਵੱਖਰਾ ਹੋ ਗਿਆ, ਠੀਕ ਹੈ? ਪਹਿਲਾਂ ਮਾਹੌਲ ਵੱਖਰਾ ਸੀਗਾ, ਮਾਂ ਘਰ ਰਹਿੰਦੀ ਸੀ, 3 ਟਾਈਮ ਦੇ ਮੀਲ ਬਣਾਉਂਦੀ ਸੀਗੀ, ਅਤੇ ਫਾਦਰ ਜਿਹੜੇ ਸੀਗੇ ਉਹ ਕਮਾ ਕੇ ਲਿਆਉਂਦੇ ਸੀਗੇ, 6 ਬੱਚਿਆਂ ਨੂੰ, 5 ਬੱਚਿਆਂ ਨੂੰ, 2 ਬੱਚਿਆਂ ਨੂੰ ਰੋਟੀ ਖਿਲਾਉਂਦੇ ਸੀਗੇ. ਅਤੇ ਅੱਜ ਕੱਲ੍ਹ ਇਸ ਕੰਪਿਊਟਰ ਦੀ ਲਾਈਫ ਦੇ ਵਿੱਚ ਸਾਰੇ ਹੀ ਕੰਮਾਂ 'ਤੇ ਚਲੇ ਜਾਂਦੇ ਨੇ, ਉਹਦੇ ਵਿੱਚ ਬੱਚਿਆਂ ਨੂੰ ਸੰਭਾਲਣਾ ਕਿੰਨਾ ਕੁ ਜ਼ਰੂਰੀ ਹੈ, ਔਰ ਕਿਸ ਤਰ੍ਹਾਂ ਉਹਨੂੰ ਮੈਨੇਜ ਕਰਨਾ ਚਾਹੀਦਾ ਹੈ, ਅਗਰ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਕਿੱਦਾਂ ਉਹਦੇ ਉਹਨਾਂ ਨੂੰ ਡੀਲ ਕਰੀਏ ਉਹਦੇ ਨਾਲ. ਉਹ ਹਾਂ ਜੀ, ਦੇਖੋ ਜੀ, ਵਾਈਫ ਹਸਬੈਂਡ, ਮੈਂ ਮੇਰੇ ਵੀ ਆਪਣੇ 2 ਬੱਚੇ ਆ, ਜਿਹੜੀ ਕੁਐਸਚਨ ਪੁੱਛਿਆ, ਅਸੀਂ ਵੀ ਇਸ ਦੌਰ 'ਚ ਗੁਜ਼ਰੇ ਹਾਂ. ਮੈਂ ਆਪਣੀ ਵੀ ਹੈਵ ਟੂ ਮੈਨੇਜ, ਕਿਉਂਕਿ ਐਕਸਪੈਂਸਿਸ ਤਾਂ ਬਹੁਤ ਨੇ. ਤਾਂ ਮੈਂ ਆਪਣੀ ਵਾਈਫ ਨੂੰ ਓਰੀਜਨਲੀ ਪਾਰਟ ਟਾਈਮ ਕੰਮ ਕਰਾਉਂਦਾ ਸੀ 2-3 ਦਿਨ, ਜਿਹਦੇ 'ਚ ਬੱਚਿਆਂ ਦੀ ਜ਼ਿਆਦਾ ਟੇਕ ਕੇਅਰ ਹੋਵੇ, ਉਹ ਆਪਣੇ ਬੇਬੀ ਸਿਟਰ ਕੋਲ ਨਾ ਜ਼ਿਆਦਾ ਜਾ ਪਾਉਣ. ਸੋ ਯੂ ਹੈਵ, ਮੈਨੂੰ 2 ਜੋਬ ਕਰਨੀ ਪੈਂਦੀਆਂ ਸੀ ਟੂ ਸਪੋਰਟ ਦੈਟ, ਦੈਟ ਆਪਸ਼ਨ ਇਜ਼ ਦੇਅਰ. ਫਾਦਰ ਹੈਵ ਟੂ ਟੇਕ ਕੰਟਰੋਲ ਆਫ ਦੈਟ ਫਾਈਨੈਂਸ਼ੀਅਲ ਐਸਪੈਕਟ ਆਫ ਜਿਹੜੇ ਘਰ ਦੇ ਖਰਚੇ ਹੈ. ਆਫਕੋਰਸ 2 ਇਨਕਮ ਤੋਂ ਬਿਨਾਂ ਤਾਂ ਅਮਰੀਕਾ 'ਚ ਰਹਿ ਨਹੀਂ ਸਕਦਾ, ਬਿਕੋਜ਼ ਐਕਸਪੈਂਸਿਸ, ਕਾਰ ਆਏ, ਉਹ ਬੱਚਿਆਂ ਦੀ ਜਿਹੜੀ ਪਰਵਰਿਸ਼ ਕਰਨੀ ਆ ਉਹ ਸਾਮਨੀ ਹੈ. ਤੋ ਆਪਣਾ ਵੇ ਆਊਟ ਕਰੋ ਕੀ ਆਪਸ਼ਨ ਹੈ, ਜਿਹੜੀ ਬੈਸਟ ਆਪਸ਼ਨ ਹੈ. ਜੇ ਵਾਈਫ ਪਾਰਟ ਟਾਈਮ ਜਾ ਸਕਦੀ ਹੈ, ਉਹਦੇ ਨਾਲ ਥੋੜ੍ਹਾ ਜਿਹਾ ਘੱਟ
ਟੱਕ ਖਰਚੇ ਕਰਕੇ ਆਪਣਾ ਮੈਨੇਜ ਕਰੋ, ਪਰ ਬੱਚਿਆਂ ਨੂੰ ਥੋੜ੍ਹੀ ਜਿਹੀ ਤਾਲੀਮ ਦਿਓ, ਬੱਚਿਆਂ ਨੂੰ ਥੋੜ੍ਹਾ ਜਿਹਾ ਗਾਈਡ ਕਰੋ, ਕਿਉਂਕਿ ਜੇ ਬੱਚੇ ਨਹੀਂ ਸਿੱਖਣਗੇ ਤੁਹਾਡੇ ਤੋਂ ਬਾਹਰ ਤੋਂ ਬਿਲਕੁਲ ਹੀ ਨਹੀਂ ਸਿੱਖਣਗੇ, ਯੂ ਨੋ, ਕਿਉਂਕਿ ਬੇਬੀਸਿਟਰ ਕੋਲ ਜਾਂਦੇ ਨੇ ਉੱਥੇ, ਉਹ ਤਾਂ ਆਪਣਾ ਇੱਕ ਜਾਤ ਰੱਖਦੇ ਨੇ, ਉਹ ਕਿਉਂ ਸਿਖਾਉਂਦੇ ਥੋੜ੍ਹੀ ਬੱਚਿਆਂ ਨੂੰ ਕਿਸ ਤਰ੍ਹਾਂ ਬੋਲਣਾ, ਕਿਸ ਤਰ੍ਹਾਂ ਫੈਮਿਲੀ ਦੀ ਰਿਸਪੈਕਟ ਕਰਨੀ, ਕਿਸ ਤਰ੍ਹਾਂ ਹੱਟਣ, ਉਹ ਜੇ ਉਹ ਫਿਰ ਇਸ ਤਰ੍ਹਾਂ ਹੀ 10-15-20 ਸਾਲ 10 ਸਾਲ ਜਾਂ 8 ਸਾਲ ਚਲੇ ਗਏ ਬੇਬੀਸਿਟਰ ਕੋਲ 7 ਸਾਲ, ਫਿਰ ਉਹ ਸਿੱਖਦੇ ਨਹੀਂ ਆ, ਜਿਹੜੀ ਘਰ ਦੀ ਤਾਲੀਮ ਹੈ ਉਹ ਬਾਹਰ ਨਹੀਂ ਮਿਲਦੀ, ਬਿਲਕੁਲ ਨਹੀਂ ਮਿਲਦੀ। ਜਿਹੜੇ ਜਿਵੇਂ ਤੁਸੀਂ ਦੋ ਕਲਚਰ ਦੇ ਵਿੱਚ ਬੈਂਡ ਕਰਦੇ ਹੋ, ਉਹਨੂੰ ਤੁਸੀਂ ਕਿੱਦਾਂ ਮੇਨਟੇਨ ਕਰਦੇ ਹੈਗੇ ਹੋ? ਦੋ ਕਲਚਰ ਦਾ ਇੱਕ ਹੀ ਹੈ ਆਪਣਾ, ਬਾਹਰ ਅਮਰੀਕਨ ਚਾਹੇ ਕੋਈ ਵੀ ਹੈ, ਨਾਟ ਨੈਸ਼ਨਲ ਅਮਰੀਕਾ ਤਾਂ ਜੀ ਫੁੱਲ ਪਾਰਟ ਹੈ, ਇੱਥੇ ਸਾਰੇ ਕੰਟਰੀਆਂ ਦੇ ਬੰਦੇ ਆਏ ਹੁੰਦੇ ਆ, ਬਟ ਤੁਸੀਂ ਟੂ ਮੇਨਟੇਨ ਯੂਰ ਓਨ ਕਲਚਰ ਐਂਡ ਬਾਹਰਲਾ ਕਲਚਰ ਤੁਸੀਂ, ਉਹ ਵੀ ਜ਼ਰੂਰੀ ਆ, ਕਿਉਂਕਿ ਇੱਥੇ ਤੁਸੀਂ ਕੰਮ ਤੇ ਜਾਂਦੇ ਆ, ਯੂ ਹੈਵ ਟੂ ਅਡੈਪਟ ਟੂ ਅਮਰੀਕਨ ਸਿਸਟਮ, ਵੀ ਕੀ ਓਨ ਦਾ ਕਲਚਰ, ਉਹਨਾਂ ਨੂੰ ਵੀ ਫੋਲੋ ਕਰਨਾ ਪੈਂਦਾ, ਤੋ ਅਸੀਂ ਅਮਰੀਕਨਾਂ ਦਾ ਕਲਚਰ ਵੀ ਫੋਲੋ ਕਰਦੇ, ਚਾਹੇ ਕ੍ਰਿਸਮਸ ਹੈ, ਥੈਂਕਸਗਿਵਿੰਗ ਹੈ, ਜੋ ਕੁਛ ਵੀ ਇਹਨਾਂ ਦੇ ਕਲਚਰ ਆ, ਵੀ ਟੇਕ ਫੁੱਲ ਪਾਰਟਿਸਪੇਸ਼ਨ ਇਨ ਦੈਟ। ਬਾਕੀ ਜਿਹੜਾ ਆਪਣਾ ਇੰਡੀਅਨ ਕਲਚਰ ਆ, ਉਹ ਦੇਖੋ ਜੀ ਉਹ ਤਾਂ ਭੁੱਲਣਾ ਨਹੀਂ ਆ, ਕਿਉਂਕਿ ਜੋ ਭੁੱਲ ਗਏ ਨਾ ਫਿਰ ਤੁਹਾਡੀ ਸਾਰੀ ਜ਼ਿੰਦਗੀ 'ਚ, ਬੱਚਿਆਂ ਨੇ ਅੱਗੇ ਅੱਗੇ ਇੱਥੇ ਮਿਕਸ ਮੈਰਿਜਾਂ ਕਰਾਈ ਜਾਂਦੇ ਨੇ, ਉਹ ਆਪਣਾ ਪੰਜਾਬ ਦਾ ਕਲਚਰ ਭੁੱਲ ਜਾਂਦੇ ਨੇ, ਉਹ ਠੀਕ ਨਹੀਂ ਆ, ਪਰ ਘਰ ਤੋਂ ਇਹ ਸਾਰਾ ਪੇਰੈਂਟ ਤੋਂ ਚੱਲਦਾ ਦੇਸ਼ ਲਈ, ਵੀ ਬੱਚੇ ਆਪਣਾ ਨੂੰ ਕੰਟੀਨਿਊਸਲੀ ਫੋਰਸ ਨਾ ਕਰਨ ਬੱਚਿਆਂ ਨੂੰ, ਪਰ ਜ਼ਰੂਰ ਸਿਖਾਉਣ ਥੋੜ੍ਹੀ ਬਹੁਤ। ਮੇਰੇ ਘਰ ਦੇ ਵਿੱਚ ਬੱਚੇ ਸਾਰੇ ਇੱਥੇ ਬੋਲਣ ਆ ਮੇਰੇ, ਸਾਰੇ ਪੰਜਾਬੀ ਬੋਲਦੇ ਆ, ਇੰਡੀਅਨ ਫੂਡ ਲਾਈਕ ਕਰਦੇ ਆ ਜੀ। ਸ਼ਰਮਾ ਜੀ, ਇਹ ਤਾਂ ਗੱਲ ਹੋ ਗਈ ਸਾਡੇ ਪੰਜਾਬੀ ਸਾਡਾ ਕਲਚਰ, ਦੋ ਕਲਚਰ ਦੇ ਵਿੱਚ ਅਸੀਂ ਬੈਂਡ ਹੋਏ, ਕਿੱਦਾਂ ਆਪਾਂ ਉਹਨੂੰ ਅੱਗੇ ਲੈ ਕੇ ਜਾ ਰਹੇ ਹਾਂ, ਅਤੇ ਤੁਹਾਨੂੰ ਫਿਟਨੈਸ ਗੁਰੂ ਦਾ ਨਾਂ ਕਿਵੇਂ ਮਿਲਿਆ? ਫਿਟਨੈਸ ਗੁਰੂ ਮੈਂ ਜਿਸ ਤਰ੍ਹਾਂ ਇੰਡੀਆ ਛੱਡ ਕੇ ਆਇਆ ਇੱਥੇ, ਫਿਰ ਮੈਂ ਵੇਟ ਲਿਫਟਿੰਗ 86 ਦੇ ਵਿੱਚ ਸ਼ੁਰੂ ਕੀਤੀ ਸੀਗੀ। ਅੱਛਾ, ਅੱਜ ਹੋ ਗਿਆ ਆਲਮੋਸਟ। ਰਮੇਸ਼ ਜੀ, ਅਸੀਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ, ਔਰ ਫਿਟਨੈਸ ਦੇ ਉੱਤੇ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ। ਤੁਸੀਂ ਵੀ ਕਿਧਰੇ ਜਾਇਓ ਨਾ, ਫਿਟਨੈਸ ਤੇ ਗੱਲ ਕਰਾਂਗੇ। ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ, ਔਰ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ। ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਅਸੀਂ ਗੱਲ ਕਰ ਰਹੇ ਸੀਗੇ ਰਮੇਸ਼ ਜੀ ਨਾਲ, ਅਤੇ ਜਿਹੜੇ ਕਿ ਫਿਟਨੈਸ ਗੁਰੂ ਦੇ ਨਾਂ 'ਤੇ ਜਾਣੇ ਜਾਂਦੇ ਨੇ ਐਲ ਦੇ ਵਿੱਚ। ਤਾਂ ਰਮੇਸ਼ ਜੀ, ਤੁਸੀਂ ਇਹ ਦੱਸੋ ਸਾਡੇ ਦਰਸ਼ਕਾਂ ਨੂੰ ਕੀ ਤੁਸੀਂ ਕਰਦੇ ਹੋ ਆਪਣੀ ਬਾਡੀ ਨੂੰ ਫਿੱਟ ਰੱਖਣ ਵਾਸਤੇ, ਅਤੇ ਕੀ ਉਹਨਾਂ ਨੂੰ ਕਰਨਾ ਚਾਹੀਦਾ ਉਹਨਾਂ ਦੀ ਬਾਡੀ ਨੂੰ ਫਿੱਟ ਰੱਖਣ ਵਾਸਤੇ? ਇਹਦਾ ਤਾਂ ਇੱਕੋ ਹੀ ਹੈ, ਬਾਡੀ ਨੂੰ ਫਿੱਟ ਰੱਖਣ ਵਾਸਤੇ ਤੁਹਾਨੂੰ ਪਹਿਲਾਂ ਤਾਂ ਆਪਣੀ ਜਿਹੜੀ ਫੂਡ ਦੀ ਕੰਸੰਪਸ਼ਨ ਹੈ ਉਹ ਬਹੁਤ ਜ਼ਰੂਰੀ ਹੈ। ਇਹ ਇੱਕ ਦਿਨ ਦਾ ਕੰਮ ਨਹੀਂ ਹੈ, ਇਹ ਲਾਈਫ ਲੌਂਗ ਦਾ ਹੈ। ਜਿਸ ਤਰ੍ਹਾਂ ਸਾਹ ਲੈਂਦੇ ਨਾ ਅਸੀਂ, ਸਾਰੀ ਜ਼ਿੰਦਗੀ ਕਰਨਾ ਪੈਂਦਾ ਖਾਣੇ ਪੀਣੇ ਦਾ ਪਰਹੇਜ਼, ਚਾਹੇ ਤੁਸੀਂ ਉਹ, ਫਿਰ ਕਹਿੰਦੇ ਜਦ ਬੰਦਾ ਬਿਮਾਰ ਹੋ ਜਾਂਦਾ ਉਦੋਂ ਤਾਂ ਪਰਹੇਜ਼ ਕਰਦਾ, ਜਦ ਤੁਸੀਂ ਹੈਲਥੀ ਹੋ ਉਦੋਂ ਕਰੋ ਨਾ, ਫਿਰ ਉਹੋ ਜਿਹੀ ਬਿਮਾਰੀ ਨਾਲ ਹੀ ਨਾ ਆਵੇ ਕਿਸੇ ਤਰ੍ਹਾਂ ਦੀ, ਠੀਕ ਹੈ ਨਾ। ਉਹ ਜਿਹੜਾ ਫੂਡ ਕੰਸਪਸ਼ਨ ਹੈ, ਖਾ ਲਓ, ਜ਼ਿਆਦਾ ਵੀ ਖਾ ਲਓ, ਪਰ ਥੋੜ੍ਹਾ ਜਿਹਾ ਆਪਣਾ ਵਾਚ ਕਰੋ, ਯੂ ਨੋ, ਵੀ ਕਿੰਨਾ ਲਿਮਿਟ ਖਾ ਸਕਦੇ, ਵੀ ਤੁਹਾਨੂੰ ਵਾਕ ਵੀ ਕਰ ਸਕੀਏ, ਟਾਕ ਵੀ ਕਰ ਸਕੀਏ। ਤੁਸੀਂ ਲੋਕ ਇੰਨਾ ਫੂਡ ਸਾਰਿਆਂ ਨੂੰ, ਕਿਹਨੂੰ ਨਹੀਂ ਪਸੰਦ ਖਾਣਾ ਫੂਡ, ਤਾਂ ਤੁਸੀਂ ਖਾਓ, ਲਿਮਿਟ 'ਚ ਖਾਓ, ਨਾਲੇ ਉਹਦੇ ਨਾਲ ਨਾ ਥੋੜ੍ਹੀ ਬਹੁਤੀ ਐਕਸਰਸਾਈਜ਼ ਹਰ ਰੋਜ਼ ਕਰਨੀ ਚਾਹੀਦੀ ਹੈ, ਚਾਹੇ 5 ਮਿੰਟ ਹੈ, ਚਾਹੇ 10 ਮਿੰਟ ਹੈ, ਕੁਛ ਵੀ ਕਰੋ, ਪਰ ਆਪਣੇ ਵਾਸਤੇ ਕਰੋ, ਕਿਉਂਕਿ ਨਾ ਤੁਸੀਂ ਬੱਚਿਆਂ ਵਾਸਤੇ, ਨਾ ਵਾਈਫ ਵਾਸਤੇ, ਹਸਬੈਂਡ ਵਾਸਤੇ, ਆਪਣੇ ਵਾਸਤੇ, ਤੁਸੀਂ ਸਿਹਤ ਵਾਸਤੇ, ਚਾਹੇ ਵਾਕ 'ਤੇ ਜਾਓ, ਚਾਹੇ ਪੁਸ਼ ਅਪ ਮਾਰੋ, ਕੁਛ ਅਡਾਪਟ ਕਰੋ ਆਪਣੇ ਵਾਸਤੇ, ਤੁਸੀਂ ਫੀਲ ਗੁੱਡ ਕਰੋ। ਜਦ ਫੀਲ ਗੁੱਡ ਕਰਦੇ ਆ, ਤੁਸੀਂ ਹੋਰ ਕੰਮ ਕਰਨਾ ਮੰਗਦੇ ਆ, ਪ੍ਰੋਡਕਸ਼ਨ ਦਾ ਕੰਮ ਕਰਨਾ ਹੁੰਦਾ, ਪੈਸੇ ਵੀ ਚਾਰ ਬੰਦਾ ਜ਼ਿਆਦਾ ਹੁੰਦਾ, ਉਹਦਾ ਬ੍ਰੇਨ ਅੱਛਾ ਚੱਲਦਾ। ਤੋ ਇਹ ਇੱਕ, ਜਦ ਬੰਦਾ ਬਿਮਾਰ ਹੋ ਜਾਂਦਾ ਡਾਕਟਰ ਕਹਿੰਦਾ ਤੁਸੀਂ ਐਕਸਰਸਾਈਜ਼ ਕਰੋ, ਤੁਸੀਂ ਠੀਕ ਹੋ ਜਾਓਗੇ, ਨਹੀਂ, ਤੁਸੀਂ ਉਦੋਂ ਹੀ ਐਕਸਰਸਾਈਜ਼ ਕਰਨੀ ਆ ਜਦੋਂ ਤੁਸੀਂ ਹੈਲਥੀ ਹੈ। ਦੈਟ ਵਿਲ ਟੇਕ ਯੂ ਲੌਂਗ ਟਾਈਮ, ਯੂ ਨੋ, ਆਈ ਐਮ ਐਟ 57 ਰਾਈਟ ਨਾਓ, ਮੇਰੇ ਜਦ ਤਾਂ ਮੈਂ ਅਮਰੀਕਾ 42-43, ਉਸ ਤੋਂ ਪਹਿਲਾਂ ਵੀ ਐਕਸਰਸਾਈਜ਼ ਕਰਦਾ ਸੀ ਇੰਡੀਆ ਦੇ ਵਿੱਚ, ਪਰ ਮੇਰੀ ਐਕਸਰਸਾਈਜ਼ ਹਰ ਹੋ ਜਾ, ਚਾਹੇ 5 ਮਿੰਟ ਹੋਵੇ, ਚਾਹੇ 2 ਘੰਟੇ, ਚਾਹੇ 4 ਘੰਟੇ, ਮੈਨੂੰ 10 ਮਿੰਟ ਆਪਣੇ ਵਾਸਤੇ ਚਾਹੀਦੇ ਆ, ਕਿਉਂਕਿ ਤੁਹਾਡੀ ਹੈਲਥ ਹੈ। ਦੈਟਸ ਇਟ, ਯੂ ਨੀਡ ਟੂ ਵਰਕ ਫੋਰ ਯੂਰਸੈਲਫ, ਵਰਕ ਫੋਰ ਯੂਰਸੈਲਫ। ਖਾਣਾ ਖਾਣ ਤੋਂ ਕਿੰਨੀ ਦੇਰ ਬਾਅਦ ਜਾਂ ਖਾਣਾ ਖਾਣ ਤੋਂ ਕਿੰਨੇ ਪਹਿਲਾਂ ਐਕਸਰਸਾਈਜ਼ ਕਰਨੀ ਚਾਹੀਦੀ ਹੈਗੀ ਹੈ? ਖਾਣਾ ਦੇਖੋ,
ਜਦ ਤੁਸੀਂ ਵਰਕਆਊਟ ਕਰਦੇ ਨਾ ਤੁਸੀਂ ਬਾਡੀ ਪੰਪ ਹੁੰਦੀ ਹੈ ਔਰ ਕੁਛ ਵੀ ਕਰਦੇ ਆ ਉਸ ਤੋਂ ਲੀਸਟ ਗਿਵ ਮੇ ਬੀ ਘੰਟਾ ਔਰ 45 ਮਿੰਟ ਬਾਅਦ ਖਾਣਾ ਖਾਣਾ ਚਾਹੀਦਾ ਕਿਉਂਕਿ ਤੁਹਾਡੀ ਬਾਡੀ ਦੇ ਬਲੱਡ ਬਹੁਤ ਸਰਕੂਲੇਟ ਕਰ ਰਿਹਾ ਤੁਹਾਡੀ ਬਾਡੀ ਹਾਟ ਹੈ ਐਂਡ ਯੂ ਗੋਨਾ ਸਵੈਟ ਐਂਡ ਆਲ ਆਫ ਦੈਟ ਸੋ ਗਿਵ ਐਂਡ ਟੇਕ ਵੈਨ ਯੂ ਵਰਕਆਊਟ ਉਸ ਤੋਂ ਬਾਅਦ ਮੇ ਬੀ ਆਈ ਵੁੱਡ ਰੈਕਮੈਂਡ 45 ਮਿੰਟਸ ਟੂ ਐਨ ਆਵਰ ਰਿਲੈਕਸ ਥੋੜ੍ਹਾ ਜਿਹਾ ਪਾਣੀ ਜੂਸ ਪੀਓ ਉਸ ਤੋਂ ਰਿਲੈਕਸ ਕਰਕੇ ਉਸ ਤੋਂ ਬਾਅਦ ਖਾਣਾ ਖਾਓ because jay right away khaoge you're not helping yourself you know you're actually defeating the purpose of the workout karo us to baad khana bhi khao par about an hour late jab tusi shuru kiti workout karne ke liye ki thode dimag de vich aaya te tusi ki sneha doge apne bachyan nu ya sade darshan nu ki bhi ek kyon aur zaruri ta bahut hai ga jivein tusi hune sanu dassya hai ga ਕੀ ਤੁਹਾਡੇ ਦਿਮਾਗ 'ਚ ਆਇਆ ਕਿ ਕਿਸ ਤਰ੍ਹਾਂ ਤੁਸੀਂ ਇਹ ਸ਼ੁਰੂ ਕੀਤਾ ਔਰ ਕਿਸ ਤਰ੍ਹਾਂ ਸਾਡੇ ਦਰਸ਼ਨ ਸ਼ੁਰੂ ਕਰਨ ਇਹਨੂੰ ਜਿਹੜੇ ਬਜ਼ੁਰਗ ਨੇ ਜਿਹੜੇ ਬਿਮਾਰ ਨੇ ਜਿਹੜੇ ਉਹਨਾਂ ਨੂੰ ਕੋਈ ਕੁਰਸੀ ਤੇ ਬੈਠ ਕੇ ਵੀ ਐਕਸਰਸਾਈਜ਼ ਕਰ ਸਕਦੇ ਨੇ ਉਹ ਹਾਂਜੀ ਹਾਂਜੀ ਉਹ ਥੋੜੇ ਜਿਹੇ 5 ਪਾਉਂਡ ਦੇ ਡੰਬਲ ਲੈ ਕੇ ਤੁਹਾਡੀ ਆਰਮ ਦੇ ਨਾਲ ਥੋੜਾ ਮੂਵਮੈਂਟ ਕਰਦੇ ਰਹੋ ਚਾਹੇ 2 ਪਾਉਂਡ ਦੇ ਡੰਬਲ ਲੈ ਲਓ 2.5 ਪਾਉਂਡ ਉਹ ਵੀ ਹੈਲਪਫੁਲ ਹੈ ਕਿਸੇ ਤਰ੍ਹਾਂ ਦੀ ਮੂਵਮੈਂਟ ਕਰੋ ਹੱਥ ਦੇ ਵਿੱਚ ਜਾਂ ਸ਼ੇਕ ਕਰੋ ਜਾਂ ਉੱਪਰ ਜਿਸ ਤਰ੍ਹਾਂ ਇੰਡੀਆ 'ਚ ਆਰਮਸ ਦੀ ਕਰਵਾਉਂਦੇ ਸੀਗੇ ਉਹ ਤਦੀ ਕਰਵਾਉਂਦੇ ਸੀ ਵੀ ਤੁਹਾਡੀ ਬਲੱਡ ਦੀ ਸਰਕੂਲੇਸ਼ਨ ਲੈਗਸ ਨੂੰ ਮੂਵਮੈਂਟ ਕਰਨੀ ਆ ਤਾਂ ਉਹ ਤੁਹਾਡੀ ਐਕਚੁਅਲੀ ਸਰਕੂਲੇਸ਼ਨ ਬੈਟਰ ਹੁੰਦਾ ਫਿੰਗਰਸ ਚੱਲਦੀਆਂ ਰਹਿੰਦੀਆਂ ਨਮਨੈਸ ਨਹੀਂ ਰਹਿੰਦੀ ਤਾਂ ਜਿਹੜੇ ਯੰਗ ਬੱਚੇ ਹੈ ਜੇ ਉਹਨਾਂ ਨੂੰ ਮੋਟੀਵੇਸ਼ਨ ਚਾਹੀਦੀ ਹੈ ਉਹ ਆਪਣਾ ਜਿਸ ਨੂੰ ਵੀ ਪਸੰਦ ਕਰਦੇ ਆ ਚਾਹੇ ਉਹਨਾਂ ਦਾ ਐਥਲੀਟ ਹੈ ਚਾਹੇ ਕੋਈ ਉਹ ਹੀਰੋ ਆ ਜੋ ਕੁਛ ਵੀ ਆ ਜੇ ਉਹਨਾਂ ਨੂੰ ਫੋਲੋ ਕਰਨਾ ਉਹਨਾਂ ਨੂੰ ਫੋਲੋ ਕਰਕੇ ਆਪਣੇ ਆਪ ਨੂੰ ਪੁਸ਼ ਅਪ ਲਗਾਓ 5-10 ਮਿੰਟ ਜਾਂ ਘੰਟਾ ਅੱਜ ਅੱਧਾ ਘੰਟਾ ਤਾਂ ਥੋੜ੍ਹਾ ਜਿਹਾ ਆਪਣੇ ਦਿਮਾਗ 'ਚ ਪਾਓ ਵੀ ਹਾਂ ਮੈਂ ਵੀ ਕਿਸੇ ਬੰਦੇ ਵਾਂਗੂ ਥੋੜ੍ਹਾ ਜਿਹਾ ਮੋਟੀਵੇਟ ਹੋਣਾ ਕਿਉਂਕਿ ਜਦ ਤੱਕ ਤੁਹਾਡੇ ਖੁਦ 'ਚ ਨਹੀਂ ਆਉਂਦਾ ਵੀ ਮੈਂ ਆਪਣੇ ਆਪ ਵਾਸਤੇ ਵੀ ਮੈਂ ਉਹ ਬਣਨਾ ਥੋੜ੍ਹਾ ਜਿਹਾ ਬੈਟਰ ਬਣਨਾ ਜਾਂ ਤੁਹਾਨੂੰ ਥੋੜ੍ਹਾ ਜਿਹਾ ਡਿਫਰੈਂਟ ਲੱਗਦਾ ਵੇਟ ਲਿਫਟਿੰਗ ਕਰਕੇ ਜੇ ਤੁਹਾਨੂੰ ਡਿਫਰੈਂਟ ਲੱਗੇ ਤੁਹਾਡੇ ਥੋੜ੍ਹੇ ਜਿਹੇ ਮਸਲ ਬਣੇ ਤੁਸੀਂ ਠੀਕ ਲੱਗਦੇ ਆ ਕਿਉਂਕਿ ਪਾਸਚਰ ਵੀ ਠੀਕ ਹੋ ਜਾਂਦਾ ਬਾਡੀ ਵੀ ਠੀਕ ਬਣ ਜਾਂਦੀ ਆ ਫਿਰ ਤੁਹਾਨੂੰ ਅੱਗੇ ਤੋਂ ਅੱਗੇ ਫਿਰ ਕਹਿੰਦਾ ਮੈਂ ਥੋੜ੍ਹਾ ਜਿਹਾ ਹੋਰ ਕਰਾਂਗਾ ਹੋਰ ਵੀ ਬੈਟਰ ਬਣਗਾ ਇਹ ਥੋੜ੍ਹਾ ਜਿਹਾ ਇੱਕ ਵਾਰ ਦਿਮਾਗ 'ਚ ਪੈ ਗਿਆ ਨਾ ਉਹ ਫਿਰ ਬੰਦਾ ਕਦੀ ਵੀ ਨਹੀਂ ਰੁਕੇਗਾ ਉਹ ਆਪਣਾ ਐਕਸਰਸਾਈਜ਼ ਸਾਰੀ ਜ਼ਿੰਦਗੀ ਕਰਦਾ ਹੀ ਰਹੇਗਾ ਫਿਰ ਸ਼ੁਰੂਆਤ ਔਖੀ ਹੈ ਔਰ ਔਖੀ ਨਾਲ ਥੋੜ੍ਹਾ ਜਿਹਾ ਉਹ ਕਹਿੰਦਾ ਵੀ ਕਾਰ ਨੂੰ ਚਲਾਉਣਾ ਹੀ ਹੁੰਦਾ ਥੋੜ੍ਹਾ ਜਿਹਾ ਚਲਾ ਲਓ ਵਰਕਆਊਟ ਨੂੰ ਸ਼ੁਰੂਆਤ ਹੀ ਕਰਨੀ ਹੈ ਉਸ ਤੋਂ ਬਾਅਦ ਬੰਦਾ ਰੁਕੇਗਾ ਨਹੀਂ ਜਾਂਦਾ ਇਹ ਥੋੜ੍ਹੀ ਮੋਟੀਵੇਸ਼ਨ ਦੀ ਜ਼ਰੂਰਤ ਹੈ ਬਸ ਇੱਕ ਬੰਦੇ ਨੂੰ ਐਵਰੀ ਡੇ ਕਿੰਨੀ ਕੁ ਵਾਕ ਕਰਨੀ ਚਾਹੀਦੀ ਹੈਗੀ ਹੈ ਇੱਕ ਬ੍ਰਿਸਕ ਵਾਕ ਹੁੰਦੀ ਹੈ ਇੱਕ ਨਾਰਮਲ ਵਾਕ ਹੁੰਦੀ ਹੈ ਵਾਕ ਕਰਨੀ ਚਾਹੀਦੀ ਹੈ ਥੋੜੀ ਜਿਹੀ ਤੇਜ਼ ਜਿਹਦੇ ਨਾਲ ਤੁਹਾਨੂੰ ਸਵੈਟਿੰਗ ਆਵੇ ਲਿਟਲ ਬਿਟ ਯੂ ਫੀਲ ਯੂ ਆਰ ਡੂਇੰਗ ਜੇ ਤੁਸੀਂ ਨਾਰਮਲ ਵਾਕ ਕਰਨੀ ਹੈ ਦੈਟਸ ਓਕੇ ਇਟਸ ਨਾਟ ਗੋਇੰਗ ਟੂ ਹੈਲਪ ਯੂ ਬਟ ਥੋੜੀ ਜਿਹੀ ਤੇਜ਼ ਵਾਕ ਕਰੋ ਮੇਬੀ 15-20 ਮਿੰਟਸ ਡੋਨਟ ਡੂ ਟੂ ਮਚ ਫਿਰ ਯੂ ਨੋ ਤੁਸੀਂ ਪੇਮੈਂਟ ਤੇ ਚੱਲਦੇ ਨਾ ਲੋਕਾਂ ਨੂੰ ਇਹ ਨਹੀਂ ਪਤਾ ਵੀ ਲੋਕੀ ਸੜਕਾਂ ਤੇ ਦੌੜਦੇ ਆ ਸੜਕਾਂ ਤੇ ਦੌੜਨ ਨਾਲ ਉਹਦੇ ਤੁਸੀਂ ਆਪਣੇ ਨੀਜ਼ ਡੈਮੇਜ ਕਰ ਰਹੇ ਹੋ ਖੱਟ ਲਈ ਡੈਮੇਜ ਕਰ ਰਹੇ ਹੋ ਲੋਕਾਂ ਨੂੰ ਇਹੀ ਨਹੀਂ ਪਤਾ ਵੀ ਕਿਸ ਤਰ੍ਹਾਂ ਭੱਜਣਾ ਕਿਸ ਤਰ੍ਹਾਂ ਵਾਕ ਕਰਨੀ ਆ ਫਸਟ ਯੂ ਹੈਵ ਟੂ ਲਰਨ ਪਹਿਲਾਂ ਤੁਸੀਂ ਪਾਰਕ 'ਚ ਜਾਓ ਪਾਰਕ ਦੇ ਵਿੱਚ ਗ੍ਰੈਸ ਦੇ ਉੱਤੇ ਵਾਕ ਕਰੋ ਕਿਉਂਕਿ ਜਿਹੜਾ ਹਾਰਡ ਸਰਫੇਸ ਹੁੰਦੀ ਹੈ ਨਾ ਉਹ ਤੁਹਾਨੂੰ ਉਹ ਫਿਰ ਉਹ ਦੇਗੀ ਕੀ ਕਹਿੰਦੇ ਖਾਟਲੇਜ ਇਸ਼ੂਜ ਦੈਨ ਯੂ ਗੋਨਾ ਹੈਵ ਅਦਰ ਪਾਰਟ ਆਫ ਇਸ਼ੂਜ ਸੋ ਫੋਰ ਦੈਟ ਵਾਕ ਔਨ ਅ ਗ੍ਰੈਸ ਆਈ ਵੁੱਡ ਰੈਕਮੈਂਡ ਸੋ ਯੂ ਵਿਲ ਨਾਟ ਹੈਵ ਮੋਰ ਇਸ਼ੂ ਡਾਊਨ ਦਾ ਰੋਡ ਜੀ ਤੇ ਤੁਸੀਂ ਜਿਵੇਂ ਲੋਕੀ ਹਾਈਕ ਤੇ ਜਾਂਦੇ ਆ ਉਹਦੇ ਲਈ ਕੀ ਪ੍ਰੈਫਰ ਕਰਦੇ ਹੋ ਹਾਈਕਰਸ ਨੂੰ ਕਿ ਨਹੀਂ ਕਰਦੇ ਯੈਸ ਯੈਸ ਹਾਈਕ ਅਗੇਨ ਦੇਖੋ ਐਕਸਰਸਾਈਜ਼ ਕਿਸੇ ਤਰ੍ਹਾਂ ਦੀ ਹੈ ਸਭਨਾਂ ਦੀ ਆਪਣੀ ਆਪਣੀ ਪ੍ਰੈਫਰੈਂਸ ਆ ਕੋਈ ਹਾਈਕ ਤੇ ਜਾਂਦਾ ਦੈਟਸ ਵਾਟ ਦੇ ਲਾਈਕ ਨੇਚਰ ਉਹ ਵੀ ਬਹੁਤ ਅੱਛੀ ਹੈ ਯੂ ਨੋ ਸਵੈਟਿੰਗ ਵਰਕਿੰਗ ਆਊਟ ਗੋਇੰਗ ਅਪ ਦਾ ਹਿੱਲ ਗੋਇੰਗ ਡਾਊਨ ਦਾ ਹਿੱਲ ਡਿਫਰੈਂਟ ਨੇਚਰ ਇਹ ਸਾਰਾ ਜਦ ਤੁਸੀਂ ਰਾਊਂਡ ਦੇਖਿਆ ਤੁਹਾਡੇ ਮਾਈਂਡ ਵਾਸਤੇ ਬਹੁਤ ਅੱਛਾ ਹੈ ਕਿਉਂਕਿ ਜਦ ਤੁਹਾਡੀ ਮਾਇੰਡ ਫਰੈਸ਼ ਹੋ ਜਾਂਦਾ ਕਿਉਂਕਿ ਤੁਸੀਂ ਬਾਹਰ ਜਾਂਦੇ ਹੋ ਟ੍ਰੀ ਦੇਖਦੇ ਹੋ ਕੁਛ ਦੇਖਦੇ ਹੋ ਨੇਚਰ ਦੇਖਦੇ ਹੋ ਤੁਹਾਡਾ ਮਾਇੰਡ ਆਪਣੇ ਆਪ ਹੀ ਪ੍ਰੋਗਰੈਸਿਵ ਹੁੰਦਾ ਹੈ ਸੋ ਇਟ ਇਜ਼ ਓਕੇ ਟੂ ਗੋ ਟੂ ਹਾਈਕ ਡੈਫੀਨਿਟਲੀ ਤੇ ਤੁਸੀਂ ਨਿਊਟ੍ਰੀਸ਼ਨ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਦੱਸਣਾ ਚਾਹੁੰਦੇ ਹੋ ਕਿ ਕੀ ਉਹਨਾਂ ਨੂੰ ਆਪਣੀ ਡਾਈਟ ਦੇ ਵਿੱਚ ਰੋਜ਼ ਪਲਾਨ ਕਰਨਾ ਚਾਹੀਦਾ ਹੈ ਜੇ ਤਾਂ ਤੁਸੀਂ ਵੈਜੀਟੇਰੀਅਨ ਹੋ ਨਾਰਮਲ ਯੂ ਨੋ ਜੋ ਕੁਛ ਵੀ ਤੁਸੀਂ ਸੀਰੀਅਲ ਖਾ ਸਕਦੇ ਆ ਦੁੱਧ ਨਾਲ
I mean, organic milk, low, please. Organic milk is much better in protein wise. Jada regular milk milda, it's diluted. Udhar chhe sare protein kadde hunde. Oh, jis tarah da pani pi liya, us tarah regular milk pi liya. So thoda ja na jada kende organic milk hai, unhu tusi oh use karo, cereal khao. And bread bhi okay, but carb watch karo thode je. Baki jade apne swere meat eaters ne, eggs is very important, protein is very must. So eggs khao, thode je orange juice le lo, hai na? Thoda ja bread toast le lo. But ana na hove tusi pancake khai jao, ya mitha khai jao. I mean, you know, hash brown, anta nahi khana chahiye. Breakfast, na thodi ji breakfast te fast karna. Lo body dekho breakfast. ਉਹ ਫਾਸਟ ਕਰੋ ਤੁਸੀਂ ਆ ਕਿ ਬ੍ਰੇਕ ਇੰਨਾ ਕੁ ਲੈ ਕੇ ਖਾਓ ਵੀ ਤੁਹਾਡਾ ਫਾਸਟ ਹੀ ਨਾ ਰਹੇ ਤਾਂ ਥੋੜ੍ਹੀ ਜਿਹਾ ਬ੍ਰੇਕਫਾਸਟ ਕਰੋ ਬ੍ਰੇਕਫਾਸਟ ਦਾ ਮਤਲਬ ਹੀ ਬ੍ਰੇਕਫਾਸਟ ਜੀ ਅਤੇ ਸ਼ਰਮਾ ਜੀ ਇਹ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਜਿਵੇਂ ਆਪਾਂ ਕਹਿੰਦੇ ਹਾਂ ਵੀ ਘਿਓ ਨਹੀਂ ਖਾਣਾ ਚਾਹੀਦਾ ਅਤੇ ਬਈ ਕਿੰਨਾ ਕੁ ਘਿਓ ਇੱਕ ਬੰਦੇ ਨੂੰ ਐਵਰੀ ਡੇ ਖਾਣਾ ਚਾਹੀਦਾ ਹੈਗਾ ਅਤੇ ਉਹ ਕਿਉਂ ਜ਼ਰੂਰੀ ਹੈਗਾ ਸਾਡੀ ਸਿਹਤ ਲਈ ਦੇਖੋ ਮੈਂ ਬਹੁਤ ਐਡਵੋਕੇਟ ਹੈ ਦੇਸੀ ਘਿਓ ਦਾ ਕਿਉਂਕਿ ਮੈਨੂੰ ਤਾਂ ਮੈਂ ਕੱਲ੍ਹ ਤੁਹਾਨੂੰ ਦੱਸਿਆ ਮੈਂ ਸਾਗ ਖਾਇਆ ਸਾਗ 'ਚ ਪਾਈ ਇੱਕ ਚਮਚ ਪਾਉਣਾ ਹਰ ਰੋਜ਼ ਐਂਡ ਫੂਡ ਆਫਕੋਰਸ ਲਈ ਟੇਸਟ ਹੁੰਦਾ ਪਰ ਉਹਦੇ ਨਾਲ ਆਪਣੇ ਨੈਚੁਰਲ ਜਿਹੜੇ ਪਿਓਰ ਹੈ ਉਹ ਚੀਜ਼ਾਂ ਨਾ ਤੁਹਾਨੂੰ ਸਟਰੋਂਗ ਕਰਦੀਆਂ ਉਹ ਤੁਹਾਡੇ ਜਿਸ ਤਰ੍ਹਾਂ ਬੋਨਸ ਨੇ ਬੋਨਸ ਨੂੰ ਲੂਬਰੀਕੇਟ ਕਰਦੀਆਂ ਪਰ ਪੁਰਾਣੇ ਬਜ਼ੁਰਗ ਕਿੰਨੇ ਸਟਰੋਂਗ ਹੁੰਦੇ ਸੀ ਖੇਤਾਂ 'ਚ ਕੰਮ ਕਰਦੇ ਰਹਿੰਦੇ ਸੀਗੇ ਸਾਰਾ ਦਿਨ ਫਿਰ ਵੀ ਸਟਰੋਂਗ ਰਹਿੰਦੇ ਸੀ ਲੰਬੀ ਉਮਰਾਂ ਸੀਗੀਆਂ ਅੱਜ ਕੱਲ੍ਹ ਦੇ ਬੱਚਿਆਂ ਨੂੰ ਤੁਸੀਂ ਕੁਛ ਕੰਮ ਕਹਿ ਲਓ ਉਹ ਤਾਂ ਵੈਸੇ ਟਾਇਰਡ ਹੋ ਜਾਂਦੇ ਆ ਕਿਉਂਕਿ ਉਹਨਾਂ 'ਚ ਸਟਰੈਂਥ ਨਹੀਂ ਹੈ ਉਹ ਆਪਣੇ ਜਿਹੜੇ ਜਿਮ ਵਾਲੇ ਪਾਊਡਰ ਕਹੀ ਜਾਂਦੇ ਵੀ ਇਹ ਖਾ ਲਓ ਸਟਰੋਂਗ ਹੋ ਜਾ ਉਹ ਆਰਟੀਫਿਸ਼ਲ ਚੀਜ਼ਾਂ ਪਾ ਕੇ ਉਹਨਾਂ ਦੇ ਵਿੱਚ ਖਿਲਾਈ ਜਾਂਦੇ ਬੱਚਿਆਂ ਨੂੰ ਤਾਂ ਉਹ ਇਨਫਲੇਟ ਹੋ ਹੀ ਜਾਂਦੇ ਐਕਚੁਅਲ ਤਾਕਤ ਤਾਂ ਉਹਨਾਂ 'ਚ ਹੈ ਨਹੀਂ ਜੀ ਉਹ ਬਸ ਇਨਫਲੇਟ ਹੋ ਕੇ ਸਟਰੋਂਗ ਲੱਗਦੇ ਪਏ ਰੀਅਲ ਲਾਈਫ ਉਹ ਸਟਰੋਂਗ ਨਹੀਂ ਹੈ ਜਿਹੜੀ ਸਟਰੋਂਗ ਸਟਰੈਂਥ ਆਉਂਦੀ ਹੈ ਉਹ ਆਪਣੇ ਖਾਣੇ 'ਚ ਹੈ ਮੈਂ ਨਹੀਂ ਕਹਿੰਦਾ ਵੀ ਸਾਰੇ ਜਿਹੜੇ ਇੱਥੇ ਦੇ ਬੱਚੇ ਘੀ ਖਾਣ ਹੋਰ ਵੀ ਰੋਟੀਆਂ ਬਥੇਰੀਆਂ ਸਟਰੋਂਗ ਚਿਕਨ ਹੈ ਜੋ ਕੁਛ ਵੀ ਹੈ ਦਾਲਾਂ ਹੈ ਜਿਹੜੇ ਮੀਟ ਨਹੀਂ ਖਾਂਦੇ ਆਪਣੀ ਦਾਲਾਂ ਵੀ ਖਾ ਸਕਦੇ ਕਾਰ ਵਾਂਝੋ ਬੀਨਸ ਵੀ ਹੈ ਹੋਰ ਲੈਂਟਲਸ ਵੀ ਹੈ ਉਹ ਸਾਰੇ ਛੋਲੇ ਹੈ ਉਹ ਬਹੁਤ ਸਟਰੋਂਗ ਨੇ ਉਹ ਇਕੁਅਲ ਟੂ ਚਿਕਨ ਯੂ ਨੋ ਸੋ ਆਈ ਡੋਂਟ ਈਵਨ ਮੱਚ ਮੀਟ ਆ ਵੀ ਆਨੈਸਟ ਵਿਦ ਯੂ ਮੈਂ ਬਹੁਤ ਘੱਟ ਮੀਟ ਖਾਣਾ ਮੋਸਟਲੀ ਮੇਰੀ ਸਟਰੈਂਥ ਹੈ ਆਪਣੇ ਨਾਨ ਵੈਜੀਟੇਰੀਅਨ ਫੂਡ ਤੋਂ ਤਾਂ ਮੈਂ ਤਾਂ ਆਪਣਾ ਕਹਿੰਦੇ ਆ ਆਈ ਲਾਈਕ ਕੜੀ ਇੰਡੀਅਨ ਪੰਜਾਬੀ ਕੜੀ ਯੂ ਨੋ ਸਟਫ ਲਾਈਕ ਦੈਟ ਰੋਟੀ ਐਂਡ ਦੈਨ ਉਸ ਤੋਂ ਫਿਰ ਖਾ ਕੇ ਦੋ ਚਾਰ ਵਰਕਆਊਟ ਜ਼ਰੂਰ ਕਰਦਾ ਹਰ ਰੋਜ਼ ਮੈਂ ਚਾਹੇ 200-500 ਪੁਸ਼ਅਪ ਮਾਰ ਦੀਏ ਉਹ ਜੋ ਕੁਛ ਵੀ ਕਰਨੇ ਸਾਰਾ ਠੀਕ ਹੋ ਜਾਂਦਾ ਤੁਹਾਡਾ ਕਨੈਕਸ਼ਨ ਬਾਲੀਵੁੱਡ ਅਤੇ ਹਾਲੀਵੁੱਡ ਦੇ ਨਾਲ ਵੀ ਹੈਗਾ ਜਿਹਦੇ ਵਿੱਚ ਤੁਸੀਂ ਕਈ ਬੰਦਿਆਂ ਜਿਹੜੇ ਤੁਹਾਡੇ ਨਾਲ ਅਟੈਚ ਨੇ ਕੀ ਉਹ ਤੁਹਾਡੇ ਨਾਲ ਤੁਹਾਨੂੰ ਐਜ਼ ਏ ਫਿਟਨੈਸ ਗੁਰੂ ਮੰਨ ਕੇ ਹੀ ਤੁਹਾਡੇ ਨਾਲ ਜੁੜੇ ਨੇ ਕਿ ਕਿਸ ਤਰ੍ਹਾਂ ਤੁਹਾਡੇ ਨਾਲ ਜੁੜੇ ਨੇ ਉਹ ਐਂਟਰਟੇਨਮੈਂਟ ਦੇ ਵਿੱਚ ਹਾਲੀਵੁੱਡ ਦੇ ਵਿੱਚ ਤਾਂ ਮੈਂ ਕਾਫੀ ਇਨਵੋਲਵ ਹਾਂ ਵਿਦ ਐਂਟਰਟੇਨਮੈਂਟ ਨਾ ਕਿ ਫਿਟਨੈਸ ਦੇ ਕਿਉਂਕਿ ਵੈਸੇ ਮੇਰਾ ਨੈਟਵਰਕ ਕਾਫੀ ਸਟਰੋਂਗ ਸੀ ਜਦ ਤਾਂ ਮੈਂ ਇੱਥੇ ਹੈ ਤਾਂ ਵੈਨ ਆਈ ਮੈਂ ਅਮਰੀਕਨਾਂ ਨਾਲ ਮਿਲਦਾ ਤਾਂ ਉਹ ਦੇਖਦੇ ਆ ਉਹ ਵੀ ਸਿੱਖਣਾ ਮੰਗਦੇ ਆ ਵੀ ਕਿਸ ਤਰ੍ਹਾਂ ਸ਼ੁਰੂ ਕੀਤਾ ਤੁਸੀਂ ਹਾਲੇ ਤੱਕ ਮੇਨਟੇਨ ਕੀਤਾ ਇਹਦਾ ਸੀਕਰੇਟ ਕਿਆ ਦੈਟਸ ਯੂ ਲਾਈਕ ਫਿਟਨੈਸ ਗੁਰੂ ਕਰਕੇ ਮੈਨੂੰ ਜ਼ਿਆਦਾ ਜਾਣਦੇ ਨੇ ਐਂਟਰਟੇਨਰ ਕਿਉਂਕਿ ਮੈਂ ਐਕਟਰ ਆਈ ਹੈਵ ਡਨ ਸਮ ਸਟਫ ਬਟ ਆਮ ਇਨਵੋਲਵ ਇਨ ਹਾਲੀਵੁੱਡ ਪਰ ਆਫਰ ਮਿਲਦੇ ਰਹਿੰਦੇ ਮੈਨੂੰ ਯੂ ਨੋ ਮੈਨੂੰ ਉਹਨਾਂ ਨੇ ਆਪਣਾ ਇੱਕ ਯੂਅਰ ਐਲ ਬੀ ਟੀਵੀ ਟੈਲੀਵਿਜ਼ਨ ਅਮਰੀਕਨ ਟੀਵੀ ਹੈ ਉਹਨਾਂ ਨੇ ਆਫਰ ਕੀਤਾ ਹੋਇਆ ਮੈਨੂੰ ਸਮਥਿੰਗ ਟੂ ਡੂ ਸੋ ਆਮ ਗੋਇੰ ਟੂ ਡੂ ਦੈਟ ਬਾਕੀ ਬਾਲੀਵੁੱਡ ਦੇ ਵਿੱਚ ਵੀ ਹੈ ਕਨੈਕਸ਼ਨ ਆਪਣਾ ਰਾਜੇਸ਼ ਭੱਟ ਜੀ ਨੇ ਤੁਸੀਂ ਵੀ ਜਾਣਦੇ ਹੋ ਉਹਨਾਂ ਨੂੰ ਹੋਰ ਵੀ ਅੱਛੇ ਕਪਲ ਐਕਟਰਸ ਯੂ ਨੋ ਬਿਗ ਸਟਾਰਸ ਦੈਟ ਆਈ ਨੋ ਯੂ ਨੋ ਸੋ ਕਨੈਕਸ਼ਨ ਫਿਰ ਚੱਲ ਲੱਗ ਗਏ ਤੋਂ ਅੱਗੇ ਚੱਲਦਾ ਰਹਿੰਦਾ ਮਿਲਦੇ ਰਹਿੰਦੇ ਆ ਫਿਰ ਕੰਮ ਇਨ ਐਂਟਰਟੇਨਮੈਂਟ ਤੁਹਾਨੂੰ ਪਤਾ ਹੀ ਹੈ ਫਿਰ ਇਟਸ ਨੈਟਵਰਕਿੰਗ ਜਾਂਦੇ ਜਾਂਦੇ ਟਾਈਮ ਅਸੀਂ ਸਮੇਂ ਦੇ ਪਾਬੰਦ ਆ ਜਾਂਦੇ ਜਾਂਦੇ ਤੁਸੀਂ ਕੁਝ ਸੁਜੈਸ਼ਨ ਜਾਂ ਕੁਝ ਟਿਪਸ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਹੋ ਮੈਂ ਟਿਪਸ ਜਿਹੜੇ ਯੰਗ ਪੇਰੈਂਟਸ ਨੇ ਉਹਨੂੰ ਇਹੀ ਦੇਣਾ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਅਮਰੀਕਨ ਕਲਚਰ ਦੇ ਨਾਲ ਨਾਲ ਖੁਦ ਇਨਵੋਲਵ ਹੋ ਆਪਣਾ ਕਲਚਰ ਸਿਖਾਓ ਕਿ ਉਹ
ਭੜਕਣ ਨਾਲ ਵੀ ਅਮਰੀਕਨ ਦੇ ਵਿੱਚ ਜਾ ਕੇ ਫਿਰ ਆਪਣੀ ਪੇਰੈਂਟਸ ਦੀ ਰਿਸਪੈਕਟ ਨਹੀਂ ਕਰਦੇ, ਉਹਨਾਂ ਨੂੰ ਆਪਣਾ ਇਨਵੋਲਵ ਕਰੋ, ਬੱਚਿਆਂ ਨੂੰ ਵੀ ਇੱਥੇ ਦਾ ਕਲਚਰ ਵੀ ਸਿੱਖੋ, ਪਰ ਆਪਣਾ ਕਲਚਰ ਬਹੁਤ ਹੀ ਜ਼ਰੂਰੀ ਹੈ ਜਿਹਦੇ ਨਾਲ ਉਹ ਆਪਣੇ ਪੰਜਾਬ ਇੰਡੀਆ ਨੂੰ ਨਾ ਭੁੱਲਣ ਪਰ ਮੂਵ ਔਨ। ਬਾਕੀ ਲਾਟ ਆਫ ਸਟਫ ਗੋ ਔਨ ਟੂ ਟੀਚ ਔਨ ਦਾ ਕਿਡਸ, ਐਕਸਰਸਾਈਜ਼ ਪਲੀਜ਼ ਕੰਟੀਨਿਊ ਤੁਹਾਡੀ ਹੈਲਥ ਵਾਸਤੇ, ਕਿਉਂਕਿ ਜੋ ਕੁਛ ਤੁਸੀਂ ਹੈਲਥ ਵਾਈਜ਼ ਕਰੋਗੇ ਆਪਣੇ ਵਾਸਤੇ ਉਹ ਤੁਹਾਡਾ, ਉਹ ਕਿਸ ਬੱਚਿਆਂ ਦਾ ਨਹੀਂ, ਵਾਈਫ ਦਾ ਨਹੀਂ, ਹਸਬੈਂਡ ਦਾ ਨਹੀਂ, ਹੈਲਥ ਤੁਹਾਡੀ ਹੈ। ਜੇ ਤੁਸੀਂ ਹੈਲਥ ਅੱਛੀ ਹੋਗੀ ਤੁਹਾਡਾ ਮਾਇੰਡ ਬਹੁਤ ਹੀ ਅੱਛਾ ਹੋਗਾ, ਤੁਸੀਂ ਪ੍ਰੋਡਕਟਿਵ ਬਣੋਗੇ ਫਸਟਲੀ। ਜੀ ਜੀ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਸੀਗੇ, ਅਸੀਂ ਜੁੜੇ ਹੋਏ ਸੀਗੇ ਰਮੇਸ਼ ਸ਼ਰਮਾ ਜੀ ਨਾਲ, ਹਲੇ ਵੀ ਜੁੜੇ ਹੋਏ ਹਾਂ। ਜਸ ਪੰਜਾਬੀ ਦੇ ਟੋਕ ਟਾਈਮ ਦੀ ਮੈਂ ਤੁਹਾਨੂੰ ਗੱਲ ਦੱਸਾਂ ਕਿ ਇਹਦਾ ਮਕਸਦ ਹੀ ਹੈ ਕਿ ਅਸੀਂ ਇੱਕ ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕਰੀਏ, ਇੱਕ ਦੂਜੇ ਦੇ ਨਾਲ ਆਪਣੀਆਂ ਗੱਲਾਂ ਕਰੀਏ, ਕੁਛ ਤੁਸੀਂ ਦੱਸੋ ਅਤੇ ਕੁਛ ਅਸੀਂ ਸੁਣੀਏ, ਕੁਛ ਅਸੀਂ ਦੱਸੀਏ ਅਤੇ ਕੁਛ ਤੁਸੀਂ ਸੁਣੋ, ਅਤੇ ਇਸ ਦੇ ਨਾਲ ਹੀ ਅਸੀਂ ਉਹਨਾਂ ਚੀਜ਼ਾਂ ਨੂੰ ਵੀ ਲੈ ਕੇ ਆਵਾਂਗੇ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ। ਮਾਂ ਬੁਝਾਰਤਾ ਪਾਉਂਦੀ ਸੀਗੀ, ਜਿਹੜੀਆਂ ਅਸੀਂ ਭੁੱਲੀ ਜਾ ਰਹੇ ਹਾਂ, ਜਿਹੜੇ ਸਾਡੇ ਅੱਜ ਕੱਲ੍ਹ ਬੱਚੇ ਕੰਪਿਊਟਰ 'ਤੇ ਜ਼ਿਆਦਾ ਨੇ। ਅਤੇ ਕੁਛ ਇਹੋ ਜਿਹੇ ਕੁਸ਼ਚਨ ਅਸੀਂ ਤੁਹਾਨੂੰ ਬਾਅਦ ਦੇ ਵਿੱਚ ਕਰਾਂਗੇ, ਜਿਵੇਂ ਕਿ ਮੇਰਾ ਇੱਕ ਕੁਸ਼ਚਨ ਹੈਗਾ ਕਿ ਜਿਨ੍ਹਾਂ ਲੋਕਾਂ ਦੀਆਂ ਗਲਤੀਆਂ ਦੇ ਨਾਲ ਤੁਸੀਂ ਉਹਨਾਂ ਨੂੰ ਫਿਰ ਵੀ ਉਹਨਾਂ ਦੇ ਨਾਲ ਤੁਸੀਂ ਰਿਸ਼ਤਾ ਬਣਾਏ ਰੱਖਣਾ ਚਾਹੁੰਦੇ ਹੋ, ਅਤੇ ਉਹ ਬੰਦਾ ਤੁਹਾਨੂੰ ਇਹ ਸਮਝਦਾ ਹੈਗਾ ਕਿ ਬੇਵਕੂਫ ਹੈਗਾ, ਜਾਂ ਤੁਹਾਨੂੰ ਇਹ ਅਹਿਸਾਸ ਕਰਾ ਦੇ ਕਿ ਤੁਸੀਂ ਕੁਛ ਨਹੀਂ, ਇਸ ਦੇ ਬਾਰੇ ਦੇ ਵਿੱਚ ਇਸ ਕੁਸ਼ਚਨ ਨੂੰ ਤੁਸੀਂ ਆਪਣੇ ਜ਼ਿਹਨ 'ਚ ਰੱਖਿਓ, ਅਤੇ ਅਗਲੇ ਹਫ਼ਤੇ ਜਦੋਂ ਅਸੀਂ ਮਿਲਾਂਗੇ ਅਤੇ ਤੁਸੀਂ ਸਾਨੂੰ ਹੇਠ ਲਿਖੇ ਨੰਬਰ 'ਤੇ ਕੋਂਟੈਕਟ ਕਰ ਸਕਦੇ ਹੋ, ਕਿਉਂ ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਕਈ ਵਾਰੀ ਕੀ ਹੁੰਦਾ ਹੈ ਕਿ ਕੋਈ ਬੰਦਾ ਇਸੇ ਹੀ ਪ੍ਰਸਥਿਤੀ ਦੇ ਵਿੱਚ ਜੂਝ ਰਿਹਾ ਹੁੰਦਾ, ਨਾ ਉਹ ਛੱਡਣਾ ਚਾਹੁੰਦਾ, ਅਤੇ ਸ਼ਾਇਦ ਸਾਡੇ ਫਾਦਰ ਸਾਹਿਬ ਕਹਿੰਦੇ ਸੀਗੇ ਕਿ ਬਈ ਜੇ ਤੁਹਾਨੂੰ ਕਿਸੇ ਵੀ ਕੁਸ਼ਚਨ ਦਾ ਆਂਸਰ ਨਾ ਮਿਲੇ ਤਾਂ ਤੁਸੀਂ ਕੋਠੇ ਚੜ੍ਹ ਕੇ ਰੌਲਾ ਪਾਉਣਾ ਸ਼ੁਰੂ ਕਰ ਦਿਓ, ਅਤੇ ਆਉਂਦਾ ਜ਼ਿਆਦਾ ਤੁਹਾਨੂੰ ਕੁਸ਼ਚਨ ਦਾ ਜਵਾਬ ਦੇ ਜਾਏਗਾ। ਅਤੇ ਅਸੀਂ ਇਸੀ ਤਰ੍ਹਾਂ ਤੁਹਾਡੇ ਨਾਲ ਅਗਲੇ ਹਫ਼ਤੇ ਫਿਰ ਜੁੜਾਂਗੇ, ਔਰ ਅਸੀਂ ਇਸੀ ਤਰ੍ਹਾਂ ਸ਼ਰਮਾ ਜੀ ਤੁਹਾਨੂੰ ਫਿਰ ਲੈ ਕੇ ਆਵਾਂਗੇ ਫਿਟਨੈਸ ਗੁਰੂ ਦੇ ਤੌਰ 'ਤੇ। ਅੱਜ ਥੋੜ੍ਹੀ ਪ੍ਰੋਗਰਾਮ ਸ਼ੁਰੂ ਕਰਨ ਦੇ ਵਿੱਚ ਥੋੜ੍ਹੀ ਜਿਹੀ ਦੇਰ ਹੋ ਗਈ, ਇਸ ਲਈ ਅਸੀਂ ਸ਼ਮਾ ਮੰਗਦੇ ਹਾਂ, ਪਰ ਅਗਲੇ ਹਫ਼ਤੇ ਮੈਂ ਤੁਹਾਡੀ ਹੋਸਟ, ਤੁਹਾਡੀ ਦੋਸਤ ਮੰਜੂ ਵਾਲੀਆ ਇਸੇ ਤਰ੍ਹਾਂ ਮਿਲਾਂਗੀ ਤੁਹਾਨੂੰ, ਔਰ ਤੁਹਾਡੇ ਤੋਂ ਪੁੱਛਾਂਗੀ। ਔਰ ਅਗਰ ਤੁਸੀਂ ਕੋਈ ਵੀ ਆਪਣਾ ਬਿਜ਼ਨਸ ਵਧਾਉਣਾ ਚਾਹੁੰਦੇ ਹੋ, ਆਪਣੀ ਪ੍ਰਮੋਸ਼ਨ ਕਰਨਾ ਚਾਹੁੰਦੇ ਹੋ, ਸਾਨੂੰ ਯਾਦ ਰੱਖਣਾ ਜਸ ਪੰਜਾਬੀ ਦੇ ਉੱਤੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ manju@justbroadcasting.com, info@justbroadcasting.com ਦੇ ਉੱਤੇ ਆਪਣੇ ਵਿਚਾਰ ਭੇਜ ਸਕਦੇ ਹੋ। ਆਪਣੀ ਪ੍ਰਮੋਸ਼ਨ, ਆਪਣੇ ਬਿਜ਼ਨਸ ਨੂੰ ਦੇ ਵਿੱਚ ਵਾਧਾ ਕਰਨ ਵਾਸਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਤੁਹਾਡੇ ਤੋਂ ਵਿਦਾ ਲੈਂਦੇ ਹਾਂ। ਸਤਿ ਸ਼੍ਰੀ ਅਕਾਲ, ਸ਼ਬ ਖੈਰ, ਫਿਰ ਮਿਲਾਂਗੇ ਤੁਹਾਨੂੰ।